ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤਾਂ ਦੇ ਮਾਲਕ, ਦੋ ਜਹਾਂ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਕਾਬਲ ਹਜ਼ੂਰੀ ਵਿੱਚ ਦੂਰੋਂ ਨੇੜਿਓਂ ਚੱਲ ਕੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਗੁਰ ਬੈਠੇ ਹੋ। ਭਾਗਾਂ ਭਰਿਆ ਸਮਾਂ ਪ੍ਰਾਪਤ ਹੋਇਆ, ਸਤਸੰਗ ਦੇ ਰੂਪ ਵਿੱਚ ਸਫਲਾ ਕਰਨ ਦਾ ਯਤਨ ਕਰੀਏ। ਗੁਰ ਇਤਿਹਾਸ ਦੇ ਪਾਵਨ ਪੰਨਿਆਂ ਤੋਂ ਆਪ ਜੀ ਨੇ ਵੈਰਾਗਮਈ ਪ੍ਰਸੰਗਾਂ ਨੂੰ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸੰਗਤਾਂ ਨੂੰ ਅੰਤਮ ਉਪਦੇਸ਼ ਦੇ ਕੇ ਜਦੋਂ ਕੱਚੇ ਕੋਠੇ ਵਿੱਚ ਆਣ ਵਰਾਜੇ, ਬੀਬੀ ਸੁਲੱਖਣੀ ਜੀ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਵੰਦਨਾ ਕੀਤੀ, ਅਰਦਾਸ ਕੀਤੀ, ਸਾਹਿਬ ਜੀਓ ਕਿਰਪਾ ਕਰਕੇ ਇੱਕ ਵਾਰੀ ਪੁੱਤਰਾਂ ਨੂੰ ਬਖਸ਼ ਲਓ। ਸਿੱਖ ਦੌੜਿਆ ਦੌੜਿਆ ਗਿਆ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ ਨੂੰ ਜਾ ਕੇ ਆਖਿਆ, ਗੁਰੂ ਪਿਤਾ ਜੋਤੀ ਜੋਤ ਸਮਾਉਣ ਲੱਗੇ ਨੇ, ਤੁਸੀਂ ਇੱਥੇ ਬੈਠੇ ਹੋ, ਆਉਣਾ ਨਾ ਆਉਣਾ ਤੁਹਾਡੀ ਮਰਜ਼ੀ ਹੈ। ਮਾਤਾ ਜੀ ਸਦਾ ਦੇ ਰਹੇ ਨੇ। ਜਦੋਂ ਇਹ ਬਚਨ ਸੁਣੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਨੰਗੇ ਪੈਰ ਦੌੜ ਪਏ। ਮਨ ਚ ਬੜਾ ਬੈਰਾਗ ਉੱਠਿਆ, ਜੀਵਨ ਭਾਰੇ ਅਸੀਂ ਪਿਤਾ ਗੁਰੂ ਦੀ ਵਿਰੋਧਤਾ ਕੀਤੀ, ਅੱਜ ਸਤਿਗੁਰੂ ਜੀ ਸਮਾ ਰਹੇ। ਉਧਰ ਗੁਰੂ ਨਾਨਕ ਸਾਹਿਬ ਮਹਾਰਾਜ ਚਿੱਟਾ ਚਾਦਰਾ ਲੈ ਕੇ ਤਪ ਕਾਹੀ ਦੇ ਆਸਣ ਤੇ ਬਿਰਾਜਮਾਨ ਹੋਏ, ਵਾਹਿਗੁਰੂ ਕਹਿ ਕੇ ਸਵਾਸ ਛੱਡ ਦਿੱਤੇ। ਸੰਗਤਾਂ ਦੇ ਵਿੱਚ ਹਾਹਾਕਾਰ ਮੱਚੀ, ਆਪੋ ਧਾਪੀ ਸਿੱਖ ਉੱਚੀ ਉੱਚੀ ਰੋ ਰਹੇ ਨੇ, ਜਦੋਂ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਜੀ ਨੇ ਖੇਡ ਵਰਤਾ ਦਿੱਤੀ। ਇਹਨਾਂ ਸਾਰੇ ਪ੍ਰਕਰਨਾਂ ਦਾ ਆਪ ਜੀ ਨੇ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਵਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ, ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ, ਧੰਨ ਵੱਧ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ ਨਰਨ ਵਿਖੇ ਭਾਰੁਦਨ ਕਨੇਰ ਸੁਰਨ ਮਜਰ ਆਨੰਦ ਬਧੇਰ ਸ੍ਰਿਸ਼ਟੀ ਦੇ ਕਰਤਾ ਨਿਰੰਕਾਰ ਜੀ ਦਾ ਸਾਕਸ਼ਾਤ ਸਰੂਪ ਗੁਰੂ ਨਾਨਕ ਸਾਹਿਬ ਜਦੋਂ ਅੰਤਲੇ ਸਮੇਂ ਸਤਿਗੁਰਾਂ ਨੇ ਤਨ ਦਾ ਪਰਿਤਿਆਗ ਕੀਤਾ ਸਾਰੀਆਂ ਸੰਗਤਾਂ ਨੂੰ ਮਿਲ ਕੇ ਗਏ, ਪ੍ਰੇਮ ਦੇ ਵਚਨ ਕੀਤੇ, ਬਹੁਤ ਵੱਡੇ ਦਲਾਸੇ ਬਖਸ਼ੇ ਆ, ਸਿੱਖੋ ਸਾਡੇ ਸਰੀਰ ਨਾਲ ਨਾ ਜੁੜਿਓ, ਇਹ ਮਿੱਟੀ ਦਾ ਪੁਤਲਾ ਹੈ। ਕਈ ਘੰਟਿਆਂ ਬੱਧੀ ਗੁਰੂ ਨਾਨਕ ਪਾਤਸ਼ਾਹ ਨੇ ਸੰਗਤਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਤੇ ਹੁਣ ਭਾਣਾ ਵਰਤਾ ਗਏ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰੋ ਰੋ ਸੰਗਤਾਂ ਨੇ ਬੁਰਾ ਹਾਲ ਕੀਤਾ ਆਪੇ ਤੋਂ ਬਾਹਰ, ਕਿਉਂਕਿ ਸਤਿਗੁਰਾਂ ਦਾ ਵਿਛੋੜਾ ਨਹੀਂ ਝੱਲਿਆ ਜਾਂਦਾ। ਉਧਰ ਸਵਰਗਾਂ ਦੇ ਦੇਵਤੇ 33 ਕਰੋੜ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਰਿਪੂਰਨ ਪਰਮਾਤਮਾ ਨੂੰ ਅੱਗੋਂ ਲੈਣ ਆਏ ਨੇ, ਕਿਉਂਕਿ ਸਤਿਗੁਰੂ ਸੱਚਖੰਡ ਦੇ ਮਾਲਕ ਨੇ। ਸੱਚਖੰਡ ਇਹ ਉਹਨਾਂ ਦਾ ਜਿਸ ਸੱਚਖੰਡ ਵਿੱਚ ਜਾਣ ਦੇ ਵਾਸਤੇ ਸਾਧੂਆਂ ਮਹਾਂਪੁਰਖਾਂ ਦਾ ਸਾਰਾ ਜੀਵਨ ਲੱਗ ਜਾਂਦਾ ਹੈ। ਪਰ ਕੋਈ ਵੀ ਦੇਵੀ ਦੇਵਤਾ ਪੀਰ ਪੈਗੰਬਰ ਉਸ ਸੱਚਖੰਡ ਦਾ ਵਾਸੀ ਨਹੀਂ ਹੈ, ਉੱਥੇ ਨਹੀਂ ਕੋਈ ਪਹੁੰਚ ਸਕਦਾ। ਉਹ ਵਾਹਿਗੁਰੂ ਦਾ ਆਪਣਾ ਖੰਡ ਹੈ, ਗਿਆਨ ਖੰਡ, ਧਰਮ ਖੰਡ, ਕਰਮ ਖੰਡ, ਸਰਮ ਖੰਡ, ਫਿਰ ਕਿਤੇ ਜਾ ਕੇ ਸੱਚ ਖੰਡ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪੰਥ ਤੇ ਜਾ ਰਹੇ ਆ, ਤਨ ਦੇ ਵਿੱਚੋਂ ਸਤਿਗੁਰਾਂ ਦੇ ਸਵਾਸ ਕੱਢੇ। ਇੱਥੇ ਕਵੀ ਜੀ ਨੇ ਜਿਹੜਾ ਵਰਤਾਰਾ ਸਿਰਜਣਾ ਉਹ ਸੂਖਮ ਹੈ, ਸਾਡੀ ਅੱਖਾਂ ਦੀ ਪਹੁੰਚ ਤੋਂ ਦੂਰ ਹੈ, ਕੰਨਾਂ ਦੀ ਸੁਣਨ ਸ਼ਕਤੀ ਤੋਂ ਕਿਤੇ ਪਰੇ ਹੈ। ਇਸ ਅਵਸਥਾ ਨੂੰ ਉਹ ਹੀ ਜਾਣ ਸਕਦਾ ਜਿਹਨੇ ਇਸ ਅਵਸਥਾ ਨੂੰ ਜਿਉਂਦੇ ਜੀ ਵੇਖਿਆ। 33 ਕਰੋੜ ਦੇਵੀ ਦੇਵਤੇ, 84 ਸਿੱਧ, 34 ਯੋਗੀ ਕਰਤਾਰਪੁਰ ਸਾਹਿਬ ਦੇ ਆਸੇ ਪਾਸੇ ਆਣ ਖੜੇ ਹੋ ਗਏ, ਹੱਥਾਂ ਦੇ ਵਿੱਚ ਉਂਗਲਾਂ ਭਰੀਆਂ ਫੁੱਲਾਂ ਦੇ ਨਾਲ, ਸਵਰਗਾਂ ਦੇ ਫੁੱਲ ਕੋਲ ਹਨ, ਸਤਿਗੁਰਾਂ ਦੇ ਸਤਿਕਾਰ ਹਿੱਤ ਸਾਰੇ ਚੱਲ ਕੇ ਆਏ ਨੇ। ਅਤ ਉਤਸਵ ਕੇ ਗੀਤਨ ਗਾਵੇ, ਬਾਦਤ ਤਾਲ ਮਿਲਾਏ ਬਜਾਵੇ। ਇੱਧਰ ਸੰਗਤਾਂ ਵਰਾਗਮਈ ਕੀਰਤਨ ਕਰਦੀਆਂ ਨੇ, ਉੱਧਰ ਦੇਵੀ ਦੇਵਤੇ ਗੀਤ ਗਾ ਰਹੇ ਖੁਸ਼ੀ ਦੇ। ਗੁਰੂ ਨਾਨਕ ਸਾਹਿਬ ਨੂੰ ਲੈਣ ਆਏ ਢੋਲ ਨਗਾਰੇ ਸੰਖ ਨਫੀਰੀਆਂ, ਸਵਰਗਾਂ ਦੇ ਸਾਜ ਵੱਜ ਰਹੇ ਆ। ਕਹਿੰਦੇ ਕਿਤੇ ਨਾ ਕਿਤੇ ਰਾਵੀ ਦੇ ਕਿਨਾਰੇ ਇਹ ਸ਼ੋਰ ਸੁਣਾਈ ਦੇ ਰਿਹਾ, ਪਰ ਦਿਖ ਨਹੀਂ ਰਿਹਾ ਕੁਛ। ਭਰਿਆ ਅਸਮਾਨ ਅੱਜ ਲਾਲੀ ਨਾਲ ਲਾਲ ਹੋ ਗਿਆ, ਸਭ ਦੀਆਂ ਅੱਖਾਂ ਵਿੱਚ ਵੈਰਾਗ ਹੈ, ਠੰਡੀ ਠੰਡੀ ਹਵਾ ਚੱਲਦੀ ਹੈ। ਨਗਰਾਂ ਪਿੰਡਾਂ ਸ਼ਹਿਰਾਂ ਦੇ ਲੋਕ ਸਭ ਦਾ ਮਨ ਉਦਾਸ ਹੈ, ਪਤਾ ਨਹੀਂ ਕਿਉਂ ਹੈ। ਪਰ ਕਰਤਾਰਪੁਰ ਸਾਹਿਬ ਦੀਆਂ ਸੰਗਤਾਂ ਹਰ ਪਲ ਅਥਰੂ ਕੇਰਦੀਆਂ ਹਨ। ਸਵਈਆ
ਨੰਦੇ ਸੋ ਬ੍ਰਿਖਤ ਚੜੇ ਸਿਵ ਜੋ ਧਨ ਉਜਲ ਇੰਦਰ ਸੰਸ਼ਾਕ ਸੋਹਾਏ। ਸਤਿਗੁਰਾਂ ਦੀ ਆਓ ਭਗਤ ਕਰਨ ਵਾਸਤੇ ਮੌਤ ਦਾ ਦੇਵਤਾ ਸ਼ਿਵ ਆਪਣੇ ਗਣਾਂ ਦੇ ਸਮੇਤ ਬਲਦ ਤੇ ਬੈਠ ਕੇ ਆਇਆ ਨਦੀ ਤੇ। ਇਹ ਸੂਖਸ਼ਮ ਵਰਤਾਰਾ ਹੈ। ਮੈਂ ਫਿਰ ਬੇਨਤੀ ਕਰਦੇ ਹਾਂ, ਬ੍ਰਹਮਾ ਵਿਸ਼ਨ ਅਤੇ ਮਹੇਸ਼ ਸ਼ਬਦ ਵਰਤਣ ਲੱਗੇ ਔਕਾਤ, ਉਹਨਾਂ ਦੀ ਔਕਾਤ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਵੀ ਪਰਸ ਲੈ ਕਿਉਂਕਿ ਸੱਚਖੰਡ ਚਲੇ ਨਹੀਂ, ਡਿਊਟੀ ਆ। ਜਿਵੇਂ ਕਿਸੇ ਮੰਤਰੀ ਨੇ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੇ ਜਾਣਾ ਹੋਵੇ, ਕਿੰਨੀ ਸਿਕਿਉਰਿਟੀ ਲੱਗੀ ਹੁੰਦੀ ਹੈ। ਬੜਿਆਂ ਲੋਕਾਂ ਦੀ ਸਿਕਿਉਰਿਟੀ ਵਿੱਚ ਉਮਰ ਲੰਘ ਜਾਂਦੀ ਪਰ ਕਦੇ ਮਿਲੇ ਨਹੀਂ ਹੁੰਦੇ, ਹੱਥ ਨਹੀਂ ਮਿਲਾਇਆ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਾਜੇ ਹੋਏ ਦੇਵੀ ਦੇਵਤੇ, ਉਹ ਗੁਰੂ ਦੇ ਸਿੱਖ ਦੇ ਬਰਾਬਰ ਵੀ ਨਹੀਂ ਤੇ ਗੁਰੂ ਤੇ ਬਹੁਤ ਵੱਡੇ ਆ। ਤੇ ਹੈਰਾਨੀ ਹੁੰਦੀ ਜਦੋਂ ਗੁਰੂ ਦਾ ਸਿੱਖ ਗੁਰੂ ਨੂੰ ਛੱਡ ਦੇਵੀ ਦੇਵਤਿਆਂ ਨੂੰ ਧਿਆਉਣ ਲੱਗ ਜੇ। ਠੀਕ ਆ, ਉਹ ਸਤਿਕਾਰਯੋਗ ਨੇ, ਉਹ ਆਪਣੀ ਹਸਤੀ ਦੇ ਮਾਲਕ ਨੇ, ਪਰ ਉਹ ਰੱਬ ਦੇ ਬਰਾਬਰ ਨਹੀਂ ਹਨ। ਇਹ ਸਾਰੇ ਸਤਿਕਾਰ ਵਾਸਤੇ ਚੱਲ ਕੇ ਆਏ। ਸ਼ਿਵ ਮੌਤ ਦਾ ਦੇਵਤਾ ਮੰਨਿਆ ਜਾਂਦਾ, ਆਪਣੇ ਸਾਥੀਆਂ ਨੂੰ, ਜਮਾਂ ਨੂੰ, ਗਣਾਂ ਨੂੰ ਨਾਲ ਲੈ ਕੇ ਕਰਤਾਰਪੁਰ ਆਇਆ ਏ। ਯਾਲ ਕਰਾਲ ਅਲੰਕ੍ਰਿਤ ਹੈ ਹਰ ਖਾਲ ਵਿਸ਼ਾਲ ਸਿਕੰਦਨ ਪਾਏ। 33 ਕਰੋੜ ਦੇਵੀ ਦੇਵਤਿਆਂ ਦਾ ਮਾਲਕ ਰਾਜਾ ਇੰਦਰ ਬੜੀ ਸਾਦਗੀ ਦੇ ਨਾਲ ਅਪਛਰਾਵਾਂ ਨੂੰ ਨਾਲ ਲੈ ਕੇ ਸਵਰਗ ਦੀ ਧਰਤੀ ਤੋਂ ਕਰਤਾਰਪੁਰ ਸਾਹਿਬ ਆ ਗਿਆ। ਇਹ ਉਹਨਾਂ ਰਾਹਾਂ ਦਾ ਜ਼ਿਕਰ ਹੈ ਜਿਹੜੇ ਰਾਹਾਂ ਨੂੰ ਕੁਝ ਗੁਰਮਤ, ਕੁਝ ਪਿਆਰੇ ਜਗਿਆਸੂ ਵੇਖ ਸਕਣਗੇ। ਕਰਤਾਰਪੁਰ ਸਾਹਿਬ ਦੇ ਵਿੱਚ ਜਿਹੜੇ ਸਤਿਗੁਰਾਂ ਦੇ ਕਰੀਬੀ ਸਿੱਖ ਸੀ ਨਾ, ਉਹਨਾਂ ਨੂੰ ਇਹ ਸਾਰਾ ਦ੍ਰਿਸ਼ ਦਿਸ ਰਿਹਾ। ਸਾਰੇ ਆਸਮਾਨ ਵਿੱਚ ਹਾਹਾਕਾਰ ਮੱਚੀ ਹੋਈ, ਦੇਵੀ ਦੇਵਤੇ ਉੱਡਦੇ ਫਿਰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕੱਚੇ ਕੋਠੇ ਵਿੱਚ ਤਨ ਦਾ ਪਰਿਤਿਆਗ ਕਰ ਰਹੇ। ਸਤਿਗੁਰਾਂ ਨੇ ਆਪਣੀ ਉਹ ਸਰੂਪ, ਆਪਣੀ ਜੋਤ ਇਸ ਸਰੀਰ ਵਿੱਚੋਂ ਖਿੱਚ ਲਈ, ਤਨ ਸ਼ਾਂਤ ਪਿਆ। ਦੇਵੀ ਦੇਵਤਿਆਂ ਨੇ ਆ ਕੇ ਉਸ ਕੱਚੇ ਕੋਠੇ ਨੂੰ ਮਹਿਕਾਇਆ, ਅਤਰ ਫਲੇਰ ਤੇ ਫੁੱਲਾਂ ਦੀ ਬਰਸਾਤ ਇਸ ਕੋਠੇ ਤੇ ਕਰਦੇ ਨੇ। ਕੰਗਤ ਰੰਗ ਅਮੰਕਨ ਭੰਗ ਜਟਾ ਮਹਿ ਪਾਰਵਤੀ ਅੰਗ ਲਾਏ। ਪਾਰਵਤੀ ਤੋਂ ਲੈ ਕੇ ਜਿੰਨੀਆਂ ਦੇਵੀਆਂ ਨੇ, ਧਰਤੀ ਤੇ ਵਗਣ ਵਾਲੀਆਂ ਜਿੰਨੀਆਂ ਨਦੀਆਂ ਨੇ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਬ੍ਰਹਮਪੁੱਤਰ, ਜਿੰਨੀਆਂ ਵੀ ਸਭ ਸਰੂਪ ਧਾਰਨ ਕਰ ਗੁਰੂ ਨਾਨਕ ਸਾਹਿਬ ਮਰਗ ਦੇ ਦੀਦਾਰ ਕਰਨ ਆ ਰਹੀਆਂ ਨੇ। ਇੱਕ ਸਾਧੂ ਦੀ ਧੂੜੀ ਨੂੰ ਦੇਵੀ ਦੇਵਤੇ ਤੇ ਧਾਰਮਿਕ ਤੀਰਥ ਲੋਚਦੇ ਆ ਤੇ ਗੁਰੂ ਦੇ ਦੀਦਾਰ ਕਿੱਡੇ ਹੋਣਗੇ। ਜੇ ਇੱਕ ਸਾਧੂ ਇੱਕ ਸਿੱਖ ਨੂੰ ਦੇਵੀ ਦੇਵਤੇ ਲੋਚਦੇ ਆ ਵੀ ਕਿਤੇ ਸਾਨੂੰ ਦੀਦਾਰ ਹੋ ਜਾਣ, ਤੇ ਗੁਰੂ ਦੇ ਦੀਦਾਰ ਤੇ ਫਿਰ ਕਰਮਾਂ ਨਾਲ ਹੀ ਹੁੰਦੇ। ਕਹਿੰਦੇ ਅੱਜ ਸਾਰੇ ਚੱਲ ਕੇ ਆਏ ਹੋਏ ਨੇ, ਇੱਕ ਦੂਜੇ ਨੂੰ ਮਿਲਦੇ, ਉਹ ਖੁਸ਼ ਨੇ। ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ, ਧਰਤੀ ਤੇ ਹਾਹਾਕਾਰ, ਸਤਿਗੁਰਾਂ ਦੇ ਵਿਛੋੜੇ ਵਿੱਚ ਸੰਗਤਾਂ, ਸਿੱਖਾਂ ਤੇ ਲੋਕਾਂ ਦੀ ਮੱਚੀ ਹੈ। ਤੇ ਸਵਰਗਾਂ ਦੇ ਦੇਵਤੇ ਇਸ ਕਦਰ ਖੁਸ਼ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਖੰਡ ਜਾਂਦਿਆਂ ਸਾਡੀ ਪੂਰੀ ਕੋਲੋਂ ਗੁਜ਼ਰਨਗੇ, ਸਾਡੇ ਰਾਹਾਂ ਤੋਂ ਜਾਣਗੇ। ਉਲ
तरी कर मुंड परी कर प्रेम करे और सो चले आए। ਜਿਹੜੇ ਦੇਵੀ ਦੇਵਤੇ ਕਹਿੰਦੇ ਉਸ ਮਕਾਨ ਉਸ ਕੋਠੀ ਦੇ ਆਸੇ ਪਾਸੇ ਨਮਸਕਾਰਾਂ ਕਰ ਰਹੇ ਨੇ ਜਿੱਥੇ ਜਿੱਥੇ ਥਾਂ ਮਿਲਦੀ ਬੈਠ ਜਾਂਦੇ ਆ, ਸੂਖਸ਼ਮ ਸਰੀਰ ਹਨ, ਕਿਸੇ ਨੂੰ ਨਜ਼ਰ ਨਹੀਂ ਆ ਰਹੇ, ਗੁਰੂ ਪਾਤਸ਼ਾਹ ਦੀ ਮਹਿਮਾ ਕਰ ਰਹੇ, ਸਿਫਤ ਕਰ ਰਹੇ। ਤੇ ਕਵੀ ਜੀ ਉਸ ਵੇਲੇ ਦਾ ਵਰਤਾਰਾ ਦੱਸਦੇ ਆ, ਕਿਉਂਕਿ ਬ੍ਰਹਮ ਗਿਆਨੀ ਸਿੱਖ ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ, ਭਾਈ ਕਮਲੀਆਂ, ਜਿਨ੍ਹਾਂ ਨੇ ਇਹ ਦ੍ਰਿਸ਼ ਇਹ ਵਰਤਾਰਾ ਅੱਖੀ ਵੇਖਿਆ ਏ। ਸੰਗ ਪਛਾਨਨ ਤਾਤ ਖਣਾਨਨ ਹੈ, ਦੁਰਦਾਨ ਸੋਭ ਵਧਾਏ। ਕਿੰਨਿਆਂ ਦੀ ਦਾ ਜ਼ਿਕਰ ਕਰੀਏ, ਸ਼ਿਵ ਦੇ ਪੁੱਤਰ ਕਾਰਤਿਕ, ਗਣੇਸ਼, ਹੋਰ ਦੇਵੀ ਦੇਵਤੇ, ਬ੍ਰਹਮਾ, ਵਿਸ਼ਨੂੰ, ਸਾਰੇ ਹੀ ਆ ਗਏ। ਜਿੰਨੀਆਂ ਉਹਨਾਂ ਦੀਆਂ ਪੁਰੀਆਂ ਨੇ, ਪੁਰੀਆਂ ਦੇ ਅਧਿਆਕਸ਼ ਦੇਵਤੇ, ਸੂਰਜ ਚੰਦ ਤੇ ਤਾਰੇ, ਅਧਿਆਕਸ਼ ਦੇਵਤੇ ਜਿਹਨਾਂ ਨੂੰ ਆਖਿਆ ਬਣੀ, ਉਹ ਸਾਰੇ ਆਏ ਹੋਏ ਆ। ਤੇ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ, ਸੋਹਣੇ ਵਸਤਰ ਉਹਨਾਂ ਨੇ ਆਪਣੇ ਹਿਸਾਬ ਦੇ ਪਾਏ ਆ। ਰੰਗਾਂ ਰੰਗਾਂ ਦੇ ਫੁੱਲ ਉਹਨਾਂ ਕੋਲੇ ਨੇ, ਕਿਸੇ ਕੋਲ ਵਿਸ਼ਨ ਕਮਲ, ਕਿਸੇ ਕੋਲ ਨੀਲ ਕਮਲ, ਕਿਸੇ ਕੋਲ ਬ੍ਰਹਮ ਕਮਲ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਭੇਟਾ। ਪਰ ਅਜੇ ਦੇਵਤੇ ਉਡੀਕਦੇ, ਇਹ ਸੱਚਖੰਡ ਤੋਂ ਉਹ ਪਾਲਕੀ ਨਹੀਂ ਆਈ ਜਿੱਥੇ ਸਤਿਗੁਰਾਂ ਸਵਾਰ ਹੋਣਾ। ਇਹ ਸੁੰਨ ਮੰਡਲ ਦੀਆਂ ਗੱਲਾਂ ਨੇ, ਉੱਥੇ ਆ ਲੋਹਾ ਪੱਥਰ ਇੱਟਾਂ ਦੀ ਪਾਲਕੀ ਨਹੀਂ, ਉੱਥੇ ਮੈਟਲ ਨਹੀਂ। ਕੋਈ ਦੁਨਿਆਵੀ ਤੌਰ 'ਤੇ ਹਰ ਚੀਜ਼ ਮੈਟਲ ਵਿੱਚ ਹੁੰਦੀ, ਕਿਉਂਕਿ ਫਿਜ਼ੀਕਲ ਬਾਡੀ ਦੀ ਟੱਚ ਮੈਟਲ ਹੈ। ਅਸੀਂ ਹੱਥ ਲਾ ਸਕਦੇ ਹਾਂ, ਛੋਹ ਸਕਦੇ ਹਾਂ ਕਿਸੇ ਲੋਹਾ, ਤਾਂਬਾ, ਜਿਸਤ, ਪਿੱਤਲ, ਲੱਕੜ, ਪੱਥਰ, ਸੂਕਸ਼ਮ ਚੀਜ਼ਾਂ। ਧਰਮ ਦੀ ਦੁਨੀਆਂ ਵਿੱਚ ਬੜਾ ਕੁਝ ਸੂਕਸ਼ਮ ਹੈ, ਸਵਰਗਾਂ ਦੀ ਦੁਨੀਆਂ ਅਲੱਗ ਹੈ, ਨਰਕ ਦੀ ਦੁਨੀਆਂ ਅਲੱਗ ਹੈ, ਉੱਥੇ ਆਹ ਕੁਛ ਨਹੀਂ ਜੋ ਇੱਥੇ ਹੈ, ਇਹ ਨਹੀਂ ਆ ਉੱਥੇ, ਉਹ ਅਲੱਗ ਦੁਨੀਆਂ ਹੈ। ਜਿਵੇਂ ਭੂਤਾਂ ਪ੍ਰੇਤਾਂ ਦੀ ਅਲੱਗ ਦੁਨੀਆਂ, ਉਹਨਾਂ ਦੇ ਆਪਣੇ ਡਾਕਟਰ, ਆਪਣੇ ਵੈਦ, ਆਪਣੇ ਪਰਿਵਾਰ ਨੇ, ਆਪਣੇ ਧੀ ਪੁੱਤ ਨੇ, ਆਪਣੇ ਬਾਜ਼ਾਰ ਨੇ, ਆਪਣੇ ਸ਼ਹਿਰ ਨੇ, ਸਭ ਕੁਛ ਹੈ। ਇਹ ਕਰਤਾਰ ਦੀਆਂ ਬਣਾਈਆਂ ਸ੍ਰਿਸ਼ਟੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਤਮ ਸਮੇਂ ਦਾ ਲੁਤਫ ਲੈਣ ਲਈ ਕਹਿੰਦੇ ਸਾਰੀਆਂ ਰੂਹਾਂ ਪਹੁੰਚੀਆਂ, ਕਿਤੇ ਥਾਂ ਨਹੀਂ ਮਿਲਦੀ। 33 ਕਰੋੜ ਦੇਵੀ ਦੇਵਤੇ ਜਿੱਥੇ ਜਿੱਥੇ ਜਿਹਨੂੰ ਥਾਂ ਮਿਲੀ ਉਹ ਉੱਥੇ ਉੱਥੇ ਰੁਕ ਗਿਆ ਏ। ਬ੍ਰਿੰਦ ਬੜੇ ਗਣ ਸਾਥ ਬਿਰਾਜਤ, ਦੇਖ ਸਰੂਪ ਸਭੈ ਹਰ ਖਾਏ। ਸਤਿਗੁਰਾਂ ਦਾ ਰੂਪ ਵੇਖਣ ਵਾਸਤੇ ਸਾਰੇ ਦੇਵੀ ਦੇਵਤੇ ਖੜੇ ਆ ਜੀ। ਉਹ ਆਪਣੀ ਬੋਲੀ ਚ ਸਤਿਗੁਰਾਂ ਦੀ ਮਹਿਮਾ ਕਰਦੇ, ਉਹਨਾਂ ਦੀ ਬੋਲੀ ਕਿਹੜੀ ਸਵਰਗਾਂ ਦੀ, ਅਮਰਾਵਤੀ। ਜਿਵੇਂ ਹਰ ਰਾਸ਼ਟਰ ਦੀ ਆਪਣੀ ਬੋਲੀ ਹੁੰਦੀ ਹੈ, ਹਰ ਦੇਸ਼ ਦੀ ਆਪਣੀ ਬੋਲੀ, ਹਰ ਪ੍ਰਦੇਸ਼ ਦੀ ਆਪਣੀ ਬੋਲੀ, ਹਰ ਵਿਦੇਸ਼ ਦੀ, ਬਲਾਇਤ ਦੀ ਆਪਣੀ ਬੋਲੀ, ਇਸੇ ਤਰ੍ਹਾਂ ਜਿਹੜੀ ਸਵਰਗਾਂ ਦੇ ਵਿੱਚ ਚੱਲਦੀ ਹੈ ਭਾਸ਼ਾ, ਉਹਨੂੰ ਕਹਿੰਦੇ ਅਮਰਾਵਤੀ। ਉਸੇ ਭਾਸ਼ਾ ਦੇ ਸ਼ਬਦ ਲਿਖਦੇ ਆ, ਗਾਉਂਦੇ ਆ ਆਪਣੇ ਉਹਨਾਂ ਦੇ ਨੱਚਣ ਵਾਲੇ ਨੇ ਦੇਵਤੇ, ਗੰਧਰਵ ਨੇ ਗਾਉਣ ਵਾਲੇ, ਅਪੱਛਰਾਵਾਂ ਨੇ ਨੱਚਣ ਵਾਲੀਆਂ, ਨਿਰਤ ਕਰਨ ਵਾਲੀਆਂ, ਇਹ ਧਰਮ ਦੀ ਦੁਨੀਆਂ ਨੇ ਵੀ ਲਿਖਿਆ। ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾਵਨ, ਸਤਿਗੁਰੂ ਕਹਿੰਦੇ ਉਹ ਪਰੀਆਂ ਵੀ ਸ਼ਬਦ ਗਾਉਣ ਆਉਂਦੀਆਂ ਨੇ ਜਦੋਂ ਪ੍ਰੇਮ ਦੇ ਵਿੱਚ ਜਾਏਗਾ। ਦੁਨੀਆਂ 'ਤੇ ਜਦ ਵੀ ਕੋਈ ਗੱਲ ਹੁੰਦੀ ਹੈ, ਕੁਛ ਵੀ,
ਕਿਤੇ ਨਾ ਕਿਤੇ ਉਸ ਗੱਲ ਦਾ ਵਜ਼ੂਰ ਹੁੰਦਾ। ਚਾਹੇ ਕੋਈ ਮਿੱਥ ਵੀ ਚੱਲੀ ਹੈ ਨਾ ਕਿਸੇ ਗੱਲ ਤੋਂ, ਉਹ ਵੀ ਕਿਸੇ ਨਾਲ ਵਰਤੀ ਹੁੰਦੀ ਹੈ। ਕਿਸੇ ਨੂੰ ਭਾਵੇਂ ਭਰਮ ਪਿਆ ਹੋਵੇ, ਭੁਲੇਖਾ ਲੱਗਾ ਹੋਵੇ, ਜੰਗ ਤੇ ਜਿਹੜੀ ਵੀ ਗੱਲ ਚੱਲਦੀ ਉਹ ਅੱਜ ਨਹੀਂ ਕਦੇ ਕਦੇ ਨਹੀਂ ਕਦੇ ਕੀਤੀ ਹੁੰਦੀ ਹੈ। ਹੁਣ ਗੁਰਬਾਣੀ ਪੜ੍ਹੀਏ, ਸਤਿਗੁਰਾਂ ਨੇ ਹੰਸਾਂ ਦਾ ਜ਼ਿਕਰ ਕੀਤਾ ਹੈ, ਮਾਨ ਸਰੋਵਰ ਦਾ ਜ਼ਿਕਰ ਕੀਤਾ ਹੈ। ਅੱਜ ਮਾਨ ਸਰੋਵਰ ਤੇ ਜਾਈਏ ਤੇ ਹੰਸ ਨਹੀਂ ਮਿਲਦੇ। ਗੁਰਬਾਣੀ ਦੀ ਗੱਲ ਇੱਕ ਪਾਸੇ ਕਰ ਦਈਏ, ਕਿਉਂਕਿ ਗੁਰਬਾਣੀ ਤੇ ਦਰਿਆਲ ਅਦਾਰ ਧਾਰਮਿਕ ਸ਼ਾਸਤਰ ਵੇਦ ਗ੍ਰੰਥ ਵੀ ਮਾਨ ਸਰੋਵਰ ਦਾ ਜ਼ਿਕਰ ਕਰਦੇ ਆ, ਅੱਜ ਵੀ ਮੌਜੂਦ ਹੈ। ਪਰ ਹੰਸ ਕਿਉਂ, ਮੋਤੀ ਕਿਉਂ ਨਹੀਂ ਚੁਣਦੇ? ਇਹ ਸੂਖਮ ਗੱਲਾਂ ਵਰਤਦੇ ਆ, ਚੁਗਦੇ ਆ, ਹੁੰਦੇ ਆ। ਜਦ ਮਨੁੱਖ ਦੀ ਪਹੁੰਚ ਕਿਤੇ ਪਹੁੰਚ ਜਾਏਗਾ, ਵੇਖ ਲਏਗਾ। ਮਾਨ ਸਰੋਵਰ ਤੇ ਦੁਨੀਆਂ ਯਾਤਰਾ ਕਰਨ ਜਾਂਦੀ ਹੈ। ਅਮੀਰ ਲੋਕਾਂ ਦਾ ਸੁਪਨਾ ਹੁੰਦਾ ਹੈ, ਸਾਡੇ ਸੁਪਨੇ ਤੇ ਵਿਚਾਰੇ ਇੱਥੇ ਤੱਕ ਹੀ ਹੁੰਦੇ, ਕਿਤੇ ਦੁਬਈ ਦਾ, ਕਿਤੇ ਕਨੇਡਾ ਦਾ, ਕਿਤੇ ਆਸਟ੍ਰੇਲੀਆ ਦਾ, ਠੀਕ ਹੈ। ਪਰ ਮਾਇਆਧਾਰੀ ਬੰਦਿਆਂ ਦੇ ਸੁਪਨੇ ਕੀ ਨੇ? ਕੋਈ ਚਾਹੁੰਦਾ ਕੈਲਾਸ਼ ਪਰਬਤ ਵੇਖਣਾ ਚਾਹੀਦਾ, ਕਿਸੇ ਦਾ ਸੁਪਨਾ ਹੈ ਭਾਵੇਂ 25 ਤੋਂ ਲੈ ਕੇ 1 ਕਰੋੜ ਤੱਕ ਜੇ ਮਾਊਂਟ ਐਵਰੈਸਟ ਵੇਖਣਾ, ਬੇਸ ਕੈਂਪ ਜਾਣਾ। ਤੇ ਆਪਣੇ ਵਰਗੇ ਕਹਿੰਦੇ ਯਾਰ ਕਿਤੇ ਯਾਤਰਾ ਯੂਤਰਾ ਹੀ ਲੈ ਜਾਓ, ਅੱਖੀ ਕਮਾਦ ਨੂੰ ਲਿਆ ਹੋਇਆ ਅੰਮ੍ਰਿਤਸਰ ਹੀ ਲੈ ਚੱਲੋ, ਬਾਜ਼ਾਰ ਵੇਖ ਆਵਾਂਗੇ, ਸ਼ੋਪਿੰਗ ਕਰ ਆਵਾਂਗੇ। ਦੇਖੋ ਆਪਣੇ ਆਪਣੇ ਖਿਆਲ ਆ, ਕਿਸੇ ਦੀ ਸੋਚ ਕੋਈ, ਕਿਸੇ ਦੀ ਕੋਈ। ਕੋਈ ਮਾਨ ਸਰੋਵਰ ਝੀਲ ਤੇ ਜਾਣਾ ਚਾਹੁੰਦਾ ਵੀ ਜਾਈਏ ਇੱਕ ਵਾਰੀ, ਤਿੱਬਤ ਦੀਆਂ ਪਹਾੜੀਆਂ 'ਚ ਜਾਂਦੇ ਹਨ, ਭਾਰਤ ਤੋਂ ਵੀ ਜਾਂਦੇ ਹਨ, ਸ਼ੌਂਕ ਲਿਆ ਪੋ। ਉਹਨਾਂ ਸਮਿਆਂ ਦੇ ਵਿੱਚ ਜੋ ਜੇਕਰ ਗੁਰਬਾਣੀ ਨੇ ਕੀਤਾ ਹੈ, ਕਿਤੇ ਨਾ ਕਿਤੇ ਅੱਜ ਵੀ ਵਰਤਦਾ, ਪਹਿਲਾਂ ਵੀ ਵਰਤਦਾ ਹੈ, ਵਰਤਦਾ ਰਹੇਗਾ। ਕਈ ਵਾਰ ਉਹ ਵਕਤ ਨਹੀਂ ਹੁੰਦਾ ਉਸ ਚੀਜ਼ ਦੇ ਪ੍ਰਗਟ ਹੋਣ ਦਾ। ਸਵਰਗਾਂ ਦਾ ਜ਼ਿਕਰ ਹੋਇਆ, ਹਰ ਧਰਮ 'ਚ, ਇਕੱਲੇ ਸਿੱਖ ਧਰਮ ਦੀ ਗੱਲ ਨਹੀਂ, ਬੁੱਧ ਧਰਮ ਪੜ੍ਹੋ, ਇਸਲਾਮ ਚਲੇ ਜਾਓ, ਸਨਾਤਨ ਮਤ ਵਿੱਚ ਆ ਜਾਓ, ਸਿੱਖ ਧਰਮ 'ਚ ਆ ਜਾਓ, ਦੇਵੀ ਦੇਵਤਿਆਂ ਦਾ ਜ਼ਿਕਰ ਹੈ। ਪਰ ਸਾਡੇ ਵਾਲਿਆਂ ਦਾ ਜ਼ੋਰ ਲੱਗਾ, ਕਹਿੰਦੇ ਕੋਈ ਦੇਵਤਾ ਨਹੀਂ, ਕੋਈ ਦੇਵੀ ਨਹੀਂ, ਮਤਲਬ ਮੈਂ ਹੀ ਸੀ ਅਤੇ ਤੂੰ ਸੀ, ਬਸ ਉਹ ਤੇ ਹੈ ਹੀ ਕੋਈ ਸੀ। ਅਸੀਂ ਆਪਣੀ ਹੋਂਦ ਨੂੰ ਮੰਨਦੇ ਹਾਂ, ਕਿਸੇ ਨੂੰ ਮੰਨਦੇ ਨਹੀਂ, ਮੈਂ ਹਾਂ ਅਤੇ ਮੇਰੇ ਨੇ, ਹੋਰ ਕੁਛ ਨਹੀਂ। ਪਰ ਉਹ ਨਿਰੰਕਾਰ ਨੇ ਬੜਾ ਕੁਝ ਸਾਜਿਆ ਹੋਇਆ ਹੈ। ਦੇਵੀ ਦੇਵਤੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਰਹੇ ਆ, ਵਾਰ ਵਾਰ ਆਉਂਦੇ ਰਹੇ ਆ। ਜਿਹਨਾਂ ਨੂੰ ਅਸੀਂ ਦੇਵਤੇ ਬਣਾਈ ਫਿਰਦੇ ਨੇ, ਉਹਨਾਂ ਦੇਵਤਿਆਂ ਦਾ ਜ਼ਿਕਰ ਨਹੀਂ। ਜਿਹਨਾਂ ਨੂੰ ਅੱਜ ਦਾ ਵਿਅਕਤੀ ਮੂਰਤੀ ਪੂਜਾ ਦੇ ਰੂਪ 'ਚ ਮੰਨੀ ਜਾਂਦਾ ਨਾ, ਕਿਸੇ ਨੇ ਕਿਹੋ ਜਿਹਾ ਬਣਾ ਲਿਆ, ਕਿਸੇ ਨੇ ਕਿਹੋ ਜਿਹੀ, ਉਹ ਨਹੀਂ। ਇਹ ਸੂਖਮ ਰੂਹਾਂ ਨੇ ਜੋ ਅਮਰ ਹਨ। ਜੈ ਸੁਖਦਾਇਕ, ਜੈ ਸੁਰਨਾਇਕ, ਜੈ ਇੱਠ ਪਾਇਕ ਵਾਕ ਲਾਏ। ਰਾਜਾ ਇੰਦਰ ਆਪ ਖੜ ਕੇ ਉਸ ਕਮਰੇ ਤੋਂ ਬਾਹਰ ਇਹ ਗੀਤ ਗਾਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਜੀ, ਉਹ ਤੁਸੀਂ ਕੁੱਲ ਕਾਇਨਾਤ ਦੇਵਤਿਆਂ ਤੇ ਰਾਕਸ਼ਾਂ ਦੇ ਮਾਲਕ ਹੋ। ਹੁਣ ਜੇ ਰਾਕਸ਼ਾਂ ਦੀ ਗੱਲ ਕਰੀਏ, ਉਹਨਾਂ ਦੇ ਆਪਣੇ ਗੁਰੂ ਨੇ, ਕਿਸੇ ਦਾ ਵਸਿਸ਼ਠ ਸੀ, ਕਿਸੇ ਦਾ ਗੁਰੀ ਸੀ। ਦੇਵਤਿਆਂ ਦਾ ਜ਼ਿਕਰ ਕਰੀਏ, ਕਿਸੇ ਦਾ ਗੁਰੂ ਰਾਜਾ ਇੰਦਰ ਹੈ, ਕਿਸੇ ਨੇ ਵਿਸ਼ਵਾਮਿੱਤਰ ਨੂੰ ਬਣਾ ਲਿਆ, ਉਹਨਾਂ ਦੇ ਆਪਣੇ ਆਪਣੇ ਗੁਰੂ। ਪਰ ਸਾਰਿਆਂ ਦਾ ਗੁਰੂ ਕੌਣ ਹੈ? ਨਿਰੰਕਾਰ। ਸਭ ਨੂੰ ਸਾਜਣ ਵਾਲਾ ਤਾਂ ਇੱਕੋ ਹੀ ਹੈ ਨਾ, ਜਿਹਨੇ ਸੁਮੇਰ ਪਰਬਤ ਸਾਜਿਆ, ਧਰਤੀ ਆਕਾਸ਼ ਪਤਾਲ ਬਣਾਏ, ਜਿਹਨੇ ਦੇਵ ਤੇ
ਦੇਵੀਆਂ ਰਾਕਸ਼ਸ ਸੁਰ ਅਸੁਰ ਸਾਜੇ ਸਾਜੇ ਉਹ ਵੀ ਹੋ ਰਹੀ ਹੈ। ਕਿਸੇ 24 ਅਵਤਾਰਾਂ ਦਾ ਜ਼ਿਕਰ ਥੋੜਾ ਹੋ ਰਿਹਾ। ਦੁਨੀਆਂ ਸਿਰਫ ਇਹਤੇ ਫਸੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਗੱਲ ਉਤਾਰ ਨਹੀਂ ਕੀਤੀ। ਅਕਾਲ ਮੰਡਲ ਉੱਥੇ ਤੇ ਦੇਵਤਿਆਂ ਦੀ ਵੀ ਪਹੁੰਚ ਨਹੀਂ ਜਿੱਥੇ ਗੁਰੂ ਦਾ ਪਿਆਰਾ ਪਹੁੰਚ ਜਾਂਦਾ ਹੈ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਉਸ ਕੋਠੇ ਵਿੱਚ ਚੌਂਕੜਾ ਲਾ ਕੇ ਬੈਠੇ ਸੂਖਸ਼ਮ ਰੂਪ ਦੇ ਵਿੱਚ, ਸਰੀਰ ਧਰਤੀ ਤੇ ਪਿਆ, ਸਵਾਸ ਬੰਨ੍ਹ ਰਹੇ ਤੇ ਦੇਵਤੇ ਸਤਿਗੁਰਾਂ ਦੇ ਗੁਣ ਗਾ ਰਹੇ ਨੇ, ਜੈ ਜੈਕਾਰ ਕਰਦੇ ਨੇ। ਸਾਹਿਬ ਜੀਓ, ਤੁਸੀਂ ਕੁੱਲ ਕਾਇਨਾਤ ਤੇ ਦੇਵਤਿਆਂ ਦੇ ਆਪ ਮਾਲਕ ਹੋ। ਬੰਦ ਉਬੈ ਕਰ ਬੰਦਤ ਹੈ, ਬਹੁ ਫੂਲਣ ਕੀ ਬਰਖਾ ਬਰਖਾਏ। ਫੁੱਲਾਂ ਦੀ ਬਾਰਿਸ਼ ਹੋ ਰਹੀ ਹੈ, ਰਸਤਾ ਭਰ ਦਿੱਤਾ ਫੁੱਲਾਂ ਦੇ ਨਾਲ, ਸੰਗਤਾਂ ਨੂੰ ਮਹਿਸੂਸ ਹੋ ਰਿਹਾ ਖੁਸ਼ਬੂਆਂ ਆ ਰਹੀਆਂ ਅਦਰ ਫਲੇਲਾਂ ਦੀਆਂ। ਕਿਤੇ ਕਿਤੇ ਫੁੱਲ ਡਿੱਗਦੇ ਪ੍ਰਤੀਤ ਹੁੰਦੇ ਆ, ਬੈਠੇ ਸਿੱਖਾਂ ਨੂੰ ਲੱਗਦਾ ਕਿਸੇ ਦਾ ਬੂਟਾ ਗਿਆ। ਪਰ ਦੇਵੀ ਦੇਵਤਿਆਂ ਨੇ ਸੁਗੰਧੀਆਂ ਦੇ ਨਾਲ ਧਰਤੀ ਲਬਾਲਬ ਕਰਕੇ ਰੱਖ, ਉਹ ਆਪਣੇ ਹਿਸਾਬ ਦਾ ਕੀਰਤਨ ਗਾ ਰਹੇ ਗੁਰੂ ਨਾਨਕ ਸਾਹਿਬ ਜੀ ਨੇ। ਜਦੋਂ ਆਪਾਂ ਕਥਾ ਸੁਣਦੇ ਹਾਂ ਵੀ ਸਤਿਗੁਰੂ ਧਰੂ ਤਾਰੇ ਤੇ ਗਏ, ਅੱਜ ਵੀ ਵਿਗਿਆਨ ਮੰਨਦਾ ਹੈ ਵੀ ਸਾਊਥ ਪੋਲ ਕਿਹੜਾ, ਨੌਰਥ ਪੋਲ ਕਿਹੜਾ, ਕਿਹੜਾ ਤਾਰਾ ਕਿੱਥੇ ਹੈ, ਕਿੰਨੇ ਪ੍ਰਕਾਸ਼ ਵਰੇ ਦੂਰ ਹੈ। ਜਿੱਥੇ ਇੱਕ ਬੰਦਾ ਸਾਰੀ ਉਮਰ ਵੀ ਪ੍ਰਕਾਸ਼ ਵਰੇ ਨਾਲ ਟਰੈਵਲ ਕਰੇ ਤੇ ਪਹੁੰਚ ਨਹੀਂ ਸਕਦਾ, ਸਤਿਗੁਰੂ ਉੱਥੇ ਗਏ ਆ। ਖੰਡਾ ਬ੍ਰਹਿਮੰਡਾਂ ਵਿੱਚ ਗਏ ਆ, ਅਸੀਂ ਦੁਨਿਆਵੀ ਇੱਕ ਮੈਪ ਦਾ ਚੁੱਕ ਕੇ ਗੱਲਾਂ ਕਰਦੇ ਫਿਰਦੇ, ਗੁਰੂ ਨਾਨਕ ਸਾਹਿਬ ਇੱਥੇ ਆ ਗਏ, ਇੱਥੇ ਆ ਗਏ, ਅੱਛਾ ਜੀ ਇੱਥੇ ਵੀ ਗਏ ਸੀ, ਕਿਉਂਕਿ ਸਾਡੀ ਸੋਚ ਇੱਥੇ ਦਾ ਕੀ ਹੈ, ਅਸੀਂ ਗੁਰੂ ਸਾਹਿਬ ਨੂੰ ਕੀ ਮੰਨ ਰਹੇ ਹਾਂ। ਅੱਜ ਦੇ ਲੋਕਾਂ ਦੀ ਸੋਚ ਵੇਖੋ, ਸਤਿਗੁਰਾਂ ਨੂੰ ਵਿਅਕਤੀ ਸਮਝਦੇ ਨਹੀਂ, ਗੁਰੂ ਨਾਨਕ ਆਪ ਨਾਰਾਇਣ ਅਕਾਲ ਪੁਰਖ ਨੇ ਜਿਹਨੇ ਧਰਤੀ ਸਾਜੀ, ਉਹਦੇ ਲਈ ਧਰਤੀ ਦਾ ਗੇੜਾ ਕੀ ਹੈ। ਉਹ ਖੰਡਾ ਬ੍ਰਹਿਮੰਡਾਂ ਵਿੱਚ ਵਿਚਰਦੇ ਨੇ, ਸੁਮੇਰ ਪਰਬਤ ਤੋਂ ਸਤਿਗੁਰੂ ਗਏ ਨਾ, ਕਿੰਨੀਆਂ ਥਾਵਾਂ ਤੇ ਗਏ, ਤੇ ਫਿਰ ਜਦੋਂ ਸਤਿਗੁਰੂ ਜੀ ਬਗਦਾਦ ਦੀ ਧਰਤੀ ਤੇ ਆਏ ਆ, ਦਸਤਗੀਰ ਦੇ ਪੁੱਤਰ ਨੂੰ ਕਿੰਨੀਆਂ ਧਰਤੀਆਂ ਤੇ ਲੈ ਗਏ, ਉਹ ਧਰਤੀਆਂ ਇੱਥੇ ਤਾਂ ਨਹੀਂ ਹੈਗੀਆਂ। ਉਹਦੇ ਇਸਲਾਮ ਦਾ ਪੀਰ ਦਾ ਪੁੱਤਰ ਸੀ, ਉਹਨੇ ਕਹਿਤਾ ਬਾਪੂ ਜੀ ਮੈਂ ਤਰਲੇ ਕਰਕੇ ਲੈ ਕੇ ਆਇਆ, ਇੱਕ ਅੱਖ ਦੇ ਫਰਕੇ ਚ ਲੱਖਾਂ ਧਰਤੀਆਂ ਆਕਾਸ਼ਾਂ ਦੀ ਸੈਰ ਕਰਾਇਆ। ਸਾਰੇ ਬ੍ਰਹਿਮੰਡ ਦੇ ਸਵਾਮੀ ਨੇ ਗੁਰੂ ਨਾਨਕ ਦਾ ਪ੍ਰਸਾਦ ਨਾਮ। ਜਦੋਂ ਕਿਸੇ ਵੀ ਧਰਮ ਚ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਆ ਜਾਏ ਨਾ, ਬੰਦਾ ਸਿਰ ਕਰ ਲੈਂਦਾ, ਹੱਥ ਜੋੜ ਲੈਂਦਾ, ਗੁਰੂ ਨਾਨਕ ਕੀ ਰੁਤਬਾ ਹੈ, ਮੇਰੀ ਮਿਲਿਆ ਹੋਇਆ। ਦੁਨੀਆਂ ਤੇ ਬੜੇ ਗੁਰੂ ਆਏ, ਸਤਿਗੁਰਾਂ ਤੋਂ ਪਹਿਲਾਂ ਵੀ ਆਏ, ਗੁਰੂ ਪਾਤਸ਼ਾਹ ਤੋਂ ਬਾਅਦ ਵੀ ਆਏ, ਪਰ ਗੁਰੂ ਨਾਨਕ ਹੀ ਨੇ, ਨਿਰੰਕਾਰ ਨੇ। ਇਸ ਕਰਕੇ ਦੇਵੀ ਦੇਵਤੇ ਉਹਨਾਂ ਦੇ ਦਰ ਦੀ ਹਾਜ਼ਰੀ ਭਰਦੇ ਆ, ਆਪਣੇ ਆਪਣੇ ਵਾਹਨਾਂ ਤੇ ਇਸ ਧਰਤੀ ਤੇ ਆ ਗਏ ਨੇ। ਹੰਸ ਚੜੇ ਚਟਰਾਨਨ, ਨਾਰਦ ਸਾਰਦ ਬੁੱਧ ਵਿਸ਼ਾਰਦ ਆਏ। ਕੌਣ ਕੌਣ ਆਏ? ਬੁੱਧ, ਨਾਰਦ ਮੁਨੀ ਆਪਣੀ ਧਰਮ ਪਤਨੀ ਕਲਹਾ ਦੇ ਸੀ, ਬ੍ਰਹਮਾ ਜੀ ਹੰਸ ਦੀ ਸਵਾਰੀ ਕਰੇ, ਆਪਣੇ ਆਪਣੇ ਵਾਹਨਾਂ ਦੇ ਸਮੇਤ ਆਏ ਆ। ਕਵੀ ਉਸ ਮੰਡਲ ਦੀਆਂ ਗੱਲਾਂ ਦੱਸ ਰਹੇ ਆ ਜਿਨ੍ਹਾਂ ਰਾਹਾਂ ਤੋਂ ਗੁਰੂ ਨਾਨਕ ਸਾਹਿਬ ਨੇ ਜਾਣਾ। ਬਾਣੀ ਨੇ ਨਰਕ ਦੇ ਰਾਹਾਂ ਦਾ ਵੀ ਜ਼ਿਕਰ ਕੀਤਾ ਤੇ ਰਾਹ ਸਵਰਗ ਦੇ ਦਾ ਵੀ ਜ਼ਿਕਰ ਕੀਤਾ, ਦੋਨਾਂ ਦੇ ਜ਼ਿਕਰ ਕਰ ਸਿਖਰ ਜ਼ਿਕਰ ਸੱਚ ਖੰਡ ਦਾ ਵੀ ਕੀਤਾ। ਜਿਸ ਖੰਡ ਵਿੱਚ ਜਾਣ ਲਈ ਸਰੀਰ ਦੀ ਲੋੜ ਨਹੀਂ,
ਜਿਸ ਖੰਡ ਵਿੱਚ ਜਾਣ ਲਈ ਕਾਰਨ ਸਰੀਰ ਦੀ ਵੀ ਲੋੜ ਨਹੀਂ, ਉਸ ਖੰਡ ਵਿੱਚ ਪਹੁੰਚਦਾ ਹੈ ਸੂਕਸ਼ਮ ਸਰੀਰ ਜਿਹਨੂੰ ਅਸੀਂ ਲਿਖੀ ਨਹੀਂ ਕਰਦੇ, ਪਰ ਜੋ ਸਾਰੇ ਬ੍ਰਹਿਮੰਡ ਵਿੱਚ ਸਾਡੇ ਸਿਸਟਮ ਨੂੰ ਚਲਾਉਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਸੂਕਸ਼ਮ ਸਰੀਰ ਧਾਰਨ ਕਰ ਲਿਆ ਜੋ ਦੇਹ ਰੂਹਾਂ ਨੂੰ ਨਜ਼ਰ ਆਉਂਦਾ ਏ, ਪ੍ਰੇਮ ਭਰੇ ਔਰ ਬੇਨ ਬਜਾਵਟ ਸਨਕ ਸਨੰਦ ਹਿਰਦੈ ਹਰ ਖਾਏ। ਬ੍ਰਹਮਾ ਜੀ ਦੇ ਚਾਰ ਪੁੱਤਰ ਸਨਕ ਸਨੰਦ ਸਨਾਤਨ ਸੰਤ ਕੁਮਾਰ ਉਹ ਮੱਥਾ ਟੇਕ ਆਪਣੇ ਪਿਤਾ ਕੋਲ ਖੜ ਗਏ, ਇੱਕ ਪਾਸੇ ਸਰਸਵਤੀ ਖੜੀ, ਨਹੀਂ ਤਾਂ ਮਤਲਬ ਇਸ ਤਰ੍ਹਾਂ ਵੀ ਦੇਵਤਿਆਂ ਨੂੰ ਮੱਥੇ ਟੇਕਦੇ, ਫਿਰ ਉਹ ਤੇ ਆਪ ਮੱਥੇ ਟੇਕਣ ਆਏ। ਕਹਿੰਦੇ ਨਾਰਦ ਮੁਨੀ ਨੇ ਆਪਣਾ ਸਾਜ ਚੁੱਕਿਆ ਬਿਨਾ, ਉਹਨੇ ਬਿਨਾ ਬਜਾ ਵਜਾ ਕੇ ਨਿਰਤ ਕੀਤਾ ਕੁਛ ਨਾ ਕੁਛ। ਨਾਰਦ ਮੁਨੀ ਕੌਣ ਨੇ? ਇੱਕ ਉਹ ਬ੍ਰਹਮ ਗਿਆਨੀ ਮਹਾਂਪੁਰਖ ਜਿਹੜੇ 11 ਪ੍ਰਕਾਰ ਦੀ ਭਗਤੀ ਕਰਦੇ ਆ, ਜਿਹਨਾਂ ਨੂੰ ਸਮਾਜ ਨੇ ਭੰਡਿਆ ਸਿਰਫ ਸ਼ੁਗਰ ਹੋਰ ਸਿੱਧ ਕਰਨ ਵਾਸਤੇ। ਵੀ ਇਹਦੀ ਗੱਲ ਉਹਦੇ ਕੋਲ ਕਰਦੀ, ਅੱਜ ਵੀ ਲੋਕੀ ਕਹਿੰਦੇ ਉਹ ਉਹਦੇ ਕੋਲ ਗੱਲ ਨਾ ਕਰੀਏ, ਨਾਰਦ ਮੁਨੀ ਨਾ ਮਾਫ ਕਰਿਓ ਇਹ ਮੂਰਖ ਲੋਕਾਂ ਦੀ ਬੋਲੀ। ਨਾਰਦ ਮੁਨੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿੰਨੀ ਵਾਰ ਮਿਲੇ ਆਗੇ, ਗੁਰੂ ਅੰਗਦ ਦੇ ਪਾਤਸ਼ਾਹ ਕੋਲ ਵੀ ਆਉਣਗੇ, ਦਸਾਂ ਸਤਿਗੁਰਾਂ ਕੋਲੇ ਵਕਤ ਸਿਰ ਆਉਂਦੇ ਰਹੇ ਆ ਨਮਸਕਾਰਾਂ ਕਰਨ ਵਾਸਤੇ। ਮਹਾਂਪੁਰਖ ਨਾਰਦ ਮੁਨੀ ਕਹਿੰਦੇ ਖੁਸ਼ੀ ਵਿੱਚ ਜਾ ਕੇ ਉਹਨਾਂ ਬੀਣਾ ਵਜਾਈ, ਆਪਣਾ ਸਾਜ ਵਜਾਇਆ, ਨਿਰਤ ਕੀਤਾ ਗੁਰੂ ਨਾਨਕ ਸਾਹਿਬ ਦੇ ਇਸ ਕਮਰੇ ਤੋਂ ਬਾਅਦ। ਬਾਰ ਬਾਰ ਵੰਦਨਾ ਕਰਦੇ ਨੇ ਓਛਕ ਭਿੰਗ ਵਸਿਸ਼ਟ ਮੁਨੀ ਅੰਗਰਾ ਸੋ ਭੁੱਲ ਸਤ ਮਹਾ ਸੁਖ ਪਾਏ। ਫਕੀਰ ਅੰਗਰਾ ਤਮ ਗਿਆਨੀ ਹੋਇਆ, ਅੰਗਰਾ ਭਗਤ ਵੀ ਹੋਇਆ, ਇਹ ਵੀ ਚੱਲ ਰਿਹਾ। ਵਿਸ਼ਵਾਮਿੱਤਰ ਉਹ ਵੀ ਆ, ਇਹ ਪੁਰਾਤਨ ਨਾਮ ਨੇ ਸਤਿਯੁਗ ਵੇਲੇ ਦੇ ਤਪੱਸਵੀ ਲੋਕ। ਇਹਨਾਂ ਸਾਰਿਆਂ ਦੀ ਇੱਛਾ ਸੀ ਰੱਬ ਨੂੰ ਮਿਲਣ ਦੀ, ਜਿਹਨੇ ਵੀ ਮਿਲਣਾ ਚਾਹੁੰਦੇ ਸੀ ਸਤਿਯੁਗ ਤੋਂ ਲੈ ਕੇ ਹੁਣ ਤੱਕ ਨਾ ਮਿਲੇ, ਪਰ ਪਤਾ ਸੀ ਜੇ ਉਸ ਰੱਬ ਦੇ ਦਰਸ਼ਨ ਕਰਨੇ ਆ ਤੇ ਕਲਯੁਗ ਸਮੇਂ ਦੀ ਉਡੀਕ ਕਰੋ, ਪਰਮੇਸ਼ਰ ਦੀ ਆਪ ਮਨੁੱਖਾ ਸਰੀਰ ਵਿੱਚ ਨਾਨਕ ਬਣ ਕੇ ਆਉਣਗੇ। ਆਖੋ ਸਤਿਨਾਮ। ਉਸ ਦਿਨ ਵੀ ਮਾਂ ਤ੍ਰਿਪਤਾ ਨੇ ਵੇਖਿਆ ਸੀ ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਛੋਟੀ ਜਿਹੀ ਉਮਰ ਦੇ ਬੱਚੇ ਸੀ, ਸਰੀਰਕ ਤੌਰ ਦੇਵਤਿਆਂ ਨੇ ਅੱਗੇ ਮਰ ਕੇ ਚਰਨ ਧੋ ਦਿੱਤੇ, ਕਮਰੇ ਵਿੱਚ ਸੁਗੰਧੀਆਂ ਛਿੜਕ ਦਿੱਤੀਆਂ, ਤੇ ਮਾਂ ਨੂੰ ਲੱਗਦਾ ਸੀ ਮੇਰੇ ਪੁੱਤਰ ਦੀ ਕੋਈ ਪੂਜਾ ਕਰ ਰਿਹਾ ਹੈ। ਮਾਂ ਨੇ ਵੇਖਿਆ ਮਾਂ ਤ੍ਰਿਪਤਾ ਬਿਸਤਰੇ ਭਰੇ ਪਏ ਸੀ ਖੁਸ਼ਬੂ ਦੇ ਨਾਲ, ਮਹਿਕਾਂ ਦੇ ਨਾਲ। ਜਦੋਂ ਮਾਤਾ ਨੇ ਨਜ਼ਰ ਭਰ ਕੇ ਵੇਖਿਆ ਕਹਿੰਦੇ ਦੇਵਤੀ ਇੱਕਦਮ ਮਾਂ ਨੂੰ ਰਹੇ, ਉਸ ਦਿਨ ਮਾਂ ਨੇ ਜਾਣਿਆ ਸੀ ਮੇਰਾ ਪੁੱਤ ਨਹੀਂ ਹੈ ਇਹ ਦੁਨੀਆ ਦਾ ਬਾਲਕ ਦਾ ਖੋਸਾ ਦਾ ਨਾਮ। ਉਸੇ ਦਿਨ ਤੋਂ ਬਾਅਦ ਮਾਂ ਤ੍ਰਿਪਤਾ ਨੇ ਕਦੇ ਆਪਣੇ ਪੁੱਤਰ ਵੱਲ ਉਂਗਲ ਨਹੀਂ ਕੀਤੀ, ਝਟਕਿਆ ਨਹੀਂ, ਮਾੜਾ ਬੋਲ ਨਹੀਂ ਆਖਿਆ। ਪਰ ਪਿਤਾ ਜੀ ਸਾਰੀ ਜ਼ਿੰਦਗੀ ਬੋਲਦੇ ਰਹੇ ਜੀ, ਹੱਦ ਨਹੀਂ ਬੋਲਦੇ। ਅੱਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਬੈਠੇ, ਕਿਵਾੜ ਖੁੱਲ੍ਹੇ ਆ, ਦੁਨਿਆਵੀ ਤੌਰ 'ਤੇ ਸਤਿਗੁਰਾਂ ਦਾ ਸਰੀਰ ਧਰਤੀ 'ਤੇ ਪਿਆ, ਸੰਗਤਾਂ ਨੂੰ ਤਾਂ ਉਹੀ ਰੂਪ ਦਿਸਦਾ ਕਿਉਂਕਿ ਮੱਲ ਨੇ ਸਰੀਰ ਓਹਲੇ ਕਰਨਾ। ਅੱਗੇ ਤਾਂ ਸਰੀਰ ਦੇ ਦਰਸ਼ਨ ਹੋ ਰਹੇ, ਫਿਰ ਇਹ ਵੀ ਨਹੀਂ ਹੋਣੇ। ਪਰ ਦੇਵੀ ਦੇਵਤੇ ਸੂਖਸ਼ਮ ਰੂਹਾਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਆਪਣੇ ਤਰੀਕੇ ਨਾਲ ਮੱਥਾ ਟੇਕਦੇ ਆ, ਸਲਾਮੀ ਦੇ ਰਹੇ ਆ। ਕਹਿੰਦੇ ਨਾਰਦ ਮੁਨੀ ਨੇ ਜਿਸ ਵੇਲੇ ਨਾਚ ਕੀਤਾ ਨਾ ਪ੍ਰੇਮਾ ਭਗਤੀ ਵਿੱਚ ਆ ਕੇ, ਬ੍ਰਹਮਾ ਦੇ ਚਾਰੇ ਪੁੱਤਰ ਹੱਸ ਗਏ। ਹੱਸੇ ਕਿਉਂ?
ਉਹਨਾਂ ਨੂੰ ਵਰ ਮਿਲਿਆ ਸੀ ਵੀ ਉਹਨਾਂ ਦੀ ਉਮਰ 5 ਸਾਲ ਤੋਂ ਵੱਧ ਨਹੀਂ ਹੋਈ ਸੰਤ ਸਨੰਤ ਸਨਾਤਨ ਸੰਤ ਕੁਮਾਰ, ਤੇ ਉਹ ਜਦੋਂ ਮਰਜ਼ੀ ਚਾਹੇ ਲੱਖਾਂ ਸਾਲ ਹੋਣ ਕਰੋੜਾਂ ਹੋਣ ਪੰਜਾਂ ਦੀ ਰਹਿਣੀ ਅਮਰ ਹੋ ਗਏ। ਬਿਆਨ ਵੱਲ ਤੁਸੀਂ ਨਾਰਦ ਮੁਨੀ ਦਾ ਉਹ ਨਾਚ ਵੇਖ ਵੇਖ ਹੱਸੀ ਜਾਣ, ਨਾਰਦ ਮੁਨੀ ਜੀ ਨੇ ਇਸ਼ਾਰਾ ਕੀਤਾ ਹੱਸੋ ਨਾ, ਰੱਬ ਜੀ ਬੈਠੇ ਨੇ ਆਖੋ ਸਤਨਾਮ ਪਰਮੇਸ਼ਰ ਦੇ ਘਰ ਆਏ। ਕਹਿੰਦੇ ਉਹਨਾਂ ਉਸੇ ਵੇਲੇ ਨਮਸਕਾਰ, ਬ੍ਰਹਮਾ ਜੀ ਆਏ ਉਹਨਾਂ ਵੀ ਨਮਸਕਾਰ ਕੀਤੀ। ਫਿਰ 24 ਅਵਤਾਰਾਂ ਦੇ ਵਿੱਚੋਂ ਵਿਸ਼ਨੂੰ ਜੀ ਦੇ ਅਵਤਾਰ ਨੇ ਉਹਨਾਂ ਦਾ ਆਗਮਨ ਹੋ ਗਿਆ, ਧਰਤੀ ਬਿਲਕੁਲ ਗੱਚ ਹੋਈ ਕੋਈ ਸੁਣ ਨਹੀਂ ਆ, ਅੰਬਰ ਦੇ ਵਿੱਚੋਂ ਹਲਕੀ ਬਰਸਾਤ ਸ਼ੁਰੂ ਹੋ ਗਈ, ਬਰਸਾਤ ਨਹੀਂ ਇੱਕ ਤਰ੍ਹਾਂ ਦੀ ਫੁੱਲਾਂ ਦੀ ਬਰਸਾਤ। ਵਿਸ਼ਨੂੰ ਨੇ ਆ ਕੇ ਇਸੇ ਕਰਤਾਰਪੁਰ ਦੀ ਧਰਤੀ ਨੂੰ ਸਜਦਾ ਕੀਤਾ ਏ। ਅਤਰ ਅਗਸਤ ਪ੍ਰਾਸੁਰ ਬਿਆਸ ਸਭੇ ਦਰਸ਼ਨ ਗੁਰੂ ਸੁਖ ਪਾਏ। ਇਸ ਤਹਿਜੀਬ ਤੇ ਆ ਕੇ ਮੱਥਾ ਸਾਰੇ ਟੇਕ ਰਹੇ ਆ, ਫਿਰ ਵਿਆਸ ਜੀ ਆਏ, ਵੇਦ ਵਿਆਸ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਜੀ। ਇਹ ਦੇਖੋ ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਕਮਾਈਆਂ ਸੀ। ਵੇਦ ਵਿਆਸ ਵਸਿਸ਼ਠ ਰਾਜੇ ਚੰਦ ਜੈਸੇ ਵਾਰਿਸ ਨਮਸਕਾਰਾਂ ਕਰ ਰਹੇ ਆ, ਆਪੋ ਆਪਣੀ ਥਾਂ ਜਿੱਥੇ ਮਿਲਦੀ ਉੱਥੇ ਬੈਠ ਰਹੇ ਆ। ਗੁਰੂ ਨਾਨਕ ਸਾਹਿਬ ਜੀ ਨੇ ਨਜ਼ਰ ਭਰ ਕੇ ਸਾਰਿਆਂ ਦੀ ਤਰਫ ਦੇਖਿਆ, ਇਹ ਸਾਰੇ ਕੁਛ ਨੇ ਪਰ ਸੰਗਤਾਂ ਪ੍ਰੇਮ ਕਰਨ ਵਾਲੀਆਂ ਅਥਰੂ ਫੇਰ ਰਹੀਆਂ ਨੇ। ਸਿੱਖ ਇੱਕ ਦੂਜੇ ਦੇ ਗਲ ਲੱਗ ਘੁੱਬਾਂ ਮਾਰ ਕੇ ਰੋਂਦੇ ਨੇ। ਦੋਹਰਾ ਬਾਲਮੀਕੇ ਰੋਮ ਰਿਖ ਕਾਕ ਪਸੁੰਡ ਸੁਜਾਨ। ਇਹੋ ਤੱਕ ਲੋਕਨ ਰਿਸ਼ੀ ਬਾਲਮੀਕ ਜੀ ਤੇ ਅਗਸਤ ਜਿਹਨਾਂ ਤੋਂ ਮੰਨਿਆ ਜਾਂਦਾ ਵੀ ਜਿਹਨਾਂ ਸਮੁੰਦਰ ਪਾਣੀ ਪੀ ਲਿਆ ਸੀ ਸਾਰੇ ਸਾਰੇ ਸਮੁੰਦਰ ਪੀ, ਤੇ ਗੁਰੂ ਨਾਨਕ ਸਾਹਿਬ ਦੇ ਅਨੰਨ ਸੇਵਕ ਕਾਕ ਪਸੁੰਡ ਜਿਨ੍ਹਾਂ ਦੀ ਕਥਾ ਆਪ ਜੀ ਨੇ ਤਿੱਬਤ ਜਾਂਦਿਆਂ ਸੁਣੀ ਹੈ, ਜਦੋਂ ਸਤਿਗੁਰੂ ਤਿੱਬਤ ਭੂਟਾਨ ਤੇ ਨੇਪਾਲ ਹੋ ਕੇ ਆਏ ਆ। ਤੇ ਕਾਕ ਪਸੁੰਡ ਉਹ ਮਹਾਂਪੁਰਖ ਸੀ ਜਿਹੜੇ ਲੱਖਾਂ ਸਾਲਾਂ ਤੋਂ ਸਤਿਯੁਗ ਵੇਲੇ ਦੇ ਬੈਠੇ ਸਤਸੰਗ ਕਰਦੇ ਸੀ। ਰੰਗ ਕਾਲਾ, ਚਿਹਰਾ ਕਾਂਵਰ ਆ, ਪਰ ਸੀਸੋ ਜੀ ਮਨੁੱਖਾਂ ਵਾਲੀ, ਸਰੀਰ ਮਨੁੱਖਾਂ ਵਾਲਾ, ਨੈਣ ਨਕਸ਼ਾਂ ਵਰਗੇ ਸੀ। ਸ਼ਾਇਦ ਯਾਦ ਹੋ ਗਿਆ ਜੀ ਜਦੋਂ ਭਾਈ ਮਰਦਾਨਾ ਕਹਿੰਦਾ ਬਾਬਾ ਇਹ ਕੌਣ ਬੈਠੇ ਇੱਕ ਪੰਛੀ ਕਥਾ ਸੁਣਾਉਂਦਾ ਤੇ ਬਾਕੀ ਬੈਠੇ ਆ। ਮਰਦ ਕਹਿੰਦੇ ਚਾਹ ਮਰਦਾਨਿਆਂ ਮਿਲ ਕੇ ਆ, ਇਹ ਕਾਗਜ਼ ਸੁਣਦਾ। ਉਹਨੂੰ ਪੁੱਛ ਕੇ ਆ ਤੂੰ ਕੌਣ, ਉਹਨੇ ਫਿਰ ਦੱਸਿਆ ਵੀ ਕਿਵੇਂ ਮੈਂ ਸਤਿਯੁਗ ਦੇ ਵਿੱਚ ਆਪਣੇ ਗੁਰੂ ਦਾ ਨਿਰਾਦਰ ਕੀਤਾ ਸੀ। ਉਹਨੇ ਕਿਹਾ ਸੀ ਸ਼ੰਕਾ ਨਹੀਂ ਕਰਨਾ, ਮੈਂ ਗੁਰੂ ਤੋਂ ਹੀ ਕਰ ਲਿਆ ਤੇ ਮੈਨੂੰ ਉਸ ਨਿਰਾਦਰ ਦਾ ਫਲ ਮਿਲਿਆ। ਉਹ ਕਹਿੰਦੇ ਤੂੰ ਬੋਲਦਾ ਬਹੁਤਾ ਏ, ਤਾਂ ਤਾਂ ਕਰਦਾ ਹੈ ਜਾਂ ਤਾਂ ਬਣਦਾ। ਕਹਿੰਦੀ ਮੈਂ ਇੱਕ ਤੇ ਨਿਰਾਦਰ ਕੀਤਾ ਤੇ ਇੱਕ ਜਵਾਬ ਲੜਾਈ ਹੈ ਕੋਲ। ਜਿਵੇਂ ਕਈ ਵਾਰ ਆਪਾਂ ਆਪਣੀ ਗਲਤੀ ਦੇ ਆਪੇ ਵਕੀਲ ਬਣ ਜਾਂਦੇ ਹਾਂ, ਗਲਤੀ ਨਹੀਂ ਹੁੰਦੀ ਤੇ ਅਗਲੇ ਨੇ ਟੁੱਟ ਕੇ ਪੈਂਦਾ ਵੀ ਹਾਂ ਤੂੰ ਗਲਤ ਕਹਿ ਕਿਵੇਂ ਦਿੰਦਾ ਉਹਨੇ ਕੀਤਾ। ਫਿਰ ਬਾਅਦ ਸੁਣਦੇ ਆਖਿਆ ਮਹਾਰਾਜ ਇਹ ਮਹਾਂਪੁਰਖ ਕਿਰਪਾ ਕਰੋ, ਇਹ ਜਨਕ ਰਾਜੇ ਨੇ ਆਖਿਆ ਸੀ ਉਸ ਵੇਲੇ। ਉਹ ਕਹਿੰਦੇ ਕੋਈ ਗੱਲ ਨਹੀਂ, ਤੂੰ ਸਤਸੰਗ ਕੀਤੀ ਤੈਨੂੰ ਸੁਲਝੀ ਰਹੂਗੀ, ਤੈਨੂੰ ਕੋਈ ਦੇਵਤਾ ਨਹੀਂ ਤਾਰ ਸਕਦਾ, ਇੱਡਾ ਹੈ ਹੀ ਨਹੀਂ ਕੋਈ ਤੈਨੂੰ ਤਾਰੇ। ਰਾਜੇ ਜਨਕ ਦਾ ਸ਼ਰਾਫਿਆ ਕੋਈ ਦੇਵਤਾ ਤਾਰ ਦੂ, ਕੌਣ ਤਾਰੂ? ਕਹਿੰਦੇ ਤੈਨੂੰ ਰੱਬ ਹੀ ਬਚਾਵੇ। ਆਪਾਂ ਇੱਕ ਅਖਾਣ ਵਰਤਦੇ ਹਾਂ ਨਾ ਵੀ ਯਾਰ ਤੈਥੋਂ ਤੇ ਰੱਬ ਬਚਾਵੇ, ਭਾਵ ਕੀ ਹੈ
ਵੀ ਤੇਰੇ ਰਿਸ਼ਤੇਦਾਰ ਵੀ ਤੇਰੇ ਖਹਿੜਾ ਨਹੀਂ ਛਡਾ ਸਕਦੇ, ਮਿੱਤਰ ਵੀ ਛਡਾ ਸਕਦੇ, ਕਿਉਂਕਿ ਤੂੰ ਮੰਨਦਾ ਹੀ ਨਹੀਂ ਕਿਸੇ ਨੂੰ, ਤੂੰ ਰੱਬ ਹੀ ਗੱਲ ਲਾ। ਤੇ ਉਸ ਵੇਲੇ ਰੱਬ ਜੀ ਆਪ ਚੱਲ ਕੇ ਆਏ ਗੁਰੂ ਨਾਨਕ ਸਾਹਿਬ ਕਾਗ ਭਸੁੰਡ ਦਾ ਮਰਦ ਨੇ ਉਧਾਰ ਕੀਤਾ, ਤੇ ਉਹ ਯੋਗੀ ਉਹ ਮਹਾਂਪੁਰਖ ਗੁਰੂ ਨਾਨਕ ਸਾਹਿਬ ਦੇ ਬਚਨ ਮੰਨ ਅਮਰ ਹੋ ਗਿਆ। ਤੇ ਅੱਜ ਉਹ ਕਾਗ ਭਸੁੰਡ ਗੁਰੂ ਨਾਨਕ ਸਾਹਿਬ ਜੀ ਦੇ ਇਸ ਅੰਤਮ ਸਮੇਂ ਦੇ ਵਿੱਚ ਸ਼ਰੀਕ ਹੋਣ ਆਏ ਨੇ। ਕਦਾ ਲਭਦੇ ਯਾਦ ਸਭ ਆਏ ਰਿਖੀ ਮਹਾਨ। ਜਿੰਨੇ ਵੀ ਰਿਸ਼ੀ ਸੀ ਇਸ ਧਰਤੀ ਦੇ, ਇਹ ਰਿਸ਼ੀ ਉਹ ਨੇ ਜਿਹੜੇ ਬੰਦਗੀ ਵਾਲੇ ਆ, ਐਵੇਂ ਤਾਂ ਦੁਨੀਆਂ ਤੁਰੀ ਫਿਰਦੀ ਹੈ। ਦੇਵਤਿਆਂ ਤੋਂ ਬਾਅਦ ਇਹਨਾਂ ਰਿਸ਼ੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਸ ਦਰ ਦੀ ਦਹਿਲੀਜ਼ ਤੇ ਮੱਥਾ ਟੇਕਿਆ, ਬੇਨਤੀਆਂ ਕੀਤੀਆਂ, ਪਾਤਸ਼ਾਹ ਆਓ ਚੱਲੀਏ, ਸੇਵਾ ਦੀ ਆਗਿਆ ਦੇ ਸਨ। ਇਹ ਕਿਉਂ ਆਏ ਆ? ਗੁਰੂ ਨਾਨਕ ਪਾਤਸ਼ਾਹ ਨੂੰ ਪਾਲਕੀ ਸਾਹਿਬ ਵਿੱਚ ਲੈ ਕੇ ਨਾਲ ਨਾਲ ਚੱਲਣਗੇ। ਜਿੱਥੇ ਜਿੱਥੇ ਜਿਹਦਾ ਇਲਾਕਾ ਆ ਗਿਆ, ਪੁਰੀ ਆ ਗਈ ਮਤਲਬ ਸ਼ਹਿਰ ਕਹਿ ਲਓ, ਜਿੱਥੇ ਦੇਵਤਿਆਂ ਦੇ ਨਗਰ ਆ ਗਏ ਉੱਥੇ ਬ੍ਰਹਮਾ ਜੀ ਆਪਣੀ ਪੁਰੀ ਤੱਕ ਜਾਣਗੇ, ਸ਼ਿਵ ਜੀ ਆਪਣੀ ਤੱਕ ਜਾਣਗੇ, ਵਿਸ਼ਨ ਆਪਣੀ ਤੱਕ ਜਾਣਗੇ, ਰਿਸ਼ੀ ਆਪੋ ਆਪਣੀ ਜਿੱਥੇ ਪਹੁੰਚਿਆ ਉੱਥੇ ਤੱਕ ਜਾਣਗੇ, ਪਰ ਸੱਚਖੰਡ ਕੋਈ ਵੀ ਨਹੀਂ ਆਏਗਾ, ਉੱਥੇ ਨਹੀਂ ਕੋਈ ਜਾ ਸਕਦਾ। ਕਿਉਂ? ਕਿਉਂਕਿ ਉਹ ਨਿਰੰਕਾਰ ਦਾ ਧਨ ਹੈ, ਹਰ ਇੱਕ ਥੋੜ੍ਹਾ ਪਹੁੰਚੂ। ਰੋਜ਼ ਪੜ੍ਹਦੇ ਆ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ। ਜਿਸ ਸੱਚਖੰਡ ਦੇ ਮਾਲਕ ਨੂੰ ਵੇਖਿਆ ਤੋਂ ਅੰਦਰੋਂ ਮਨੁੱਖ ਨਿਹਾਲ ਹੋ ਜਾਂਦਾ ਹੈ, ਤੇ ਉਹਦੀ ਨਜ਼ਰ ਪੈ ਜੇ ਕਾਰਨ ਸਾਰਿਆਂ। ਕਹਿੰਦੇ ਜਦੋਂ ਇਹ ਦੇਵੀ ਦੇਵਤੇ ਆਏ ਆ, ਬੀਬੀ ਸੁਲੱਖਣੀ ਜੀ ਚੌਂਕੜਾ ਲਾ ਕੇ ਉੱਤੇ ਬੈਠੇ ਹੋ, ਮਹਾਂਪੁਰਖ ਇਹਨਾਂ ਨੂੰ ਨਮਸਕਾਰ ਕਰਦੇ, ਛੋਟੀ ਖੁਦਾਈ ਥੋੜ੍ਹਾ ਬੀਬੀ ਸੁਲੱਖਣੀ, ਸਤਿਗੁਰਾਂ ਦੇ ਧਰਮ ਪਤਨੀ। ਕਹਿੰਦੇ ਉਹਨਾਂ ਨੇ ਵੀ ਵੇਖਿਆ ਧਿਆਨ ਕਰਕੇ ਵੀ ਲੱਖਾਂ ਦੇਵੀ ਦੇਵਤੇ ਗੁਰੂ ਦਾ ਨਮਸਕਾਰਾਂ ਕਰਦੇ। ਇਹ ਗੁਰੂ ਨਾਨਕ ਸਾਹਿਬ ਦੀ ਕਮਾਈ ਹੈ। ਕਮਾਈ ਕਿਹੜੀ? ਸਾਰਾ ਜੀਵਨ ਆਪਣੇ ਆਪ ਨੂੰ ਰੱਬ ਨੇ ਕਹਾਇਆ, ਗੋਸਾ ਦਾ ਨਾਮ ਛੁਪ ਕੇ ਰਹੇ, ਛੁਪ ਕੇ। ਦੁਨਿਆਵੀ ਤੌਰ 'ਤੇ ਸਾਡੀ ਕਿਸੇ ਨਾਲ ਉੱਠਣੀ ਬੈਠਣੀ ਹੋਵੇ ਨਾ, ਬੰਦਾ ਕਹਿੰਦਾ ਲੈ ਤੂੰ ਭੱਜ ਭੱਜ ਕੇ ਵਿਖਾ, ਤੈਨੂੰ ਵਿਖਾਊਗਾ ਰਹੇ, ਕਿਤੇ ਨਾ ਜਾਏਗਾ। ਉਹਨਾਂ ਨੇ ਵੱਡਿਆਂ ਵੱਡਿਆਂ ਨੂੰ ਸ਼ਬਦ ਦੁਆਰਾ ਸਿੱਧੇ ਰਾਹ ਪਾਇਆ, ਕਿਸੇ ਨੂੰ ਨੀਚਾ ਨਹੀਂ ਵਿਖਾਇਆ, ਕਿਸੇ ਨੂੰ ਨਹੀਂ ਵਿਖਾਇਆ, ਲੜੇ ਵੀ ਕਿਸੇ ਨਾਲ, ਮਾਣ ਕਰਕੇ ਨਹੀਂ ਕਿਹਾ ਉਹ ਤੂੰ ਦੇਵਤਾ ਬਣਿਆ ਫਿਰਦਾ ਮੈਂ ਤੇ ਰੱਬ ਹਾਂ, ਨਹੀਂ ਕਿਹਾ। ਦੁਨੀਆਂ ਨੂੰ ਸਮਝ ਆ ਗਈ ਤੇ ਪਰਿਪੂਰਨ ਪਰਮਾਤਮਾ ਉਹ ਅਸੀਂ ਹੀ ਮਾੜੇ ਸੀ। ਅੱਜ ਉਹਨਾਂ ਸਤਿਗੁਰਾਂ ਦੇ ਸਨਮੁਖ ਬੀਬੀ ਸੁਲੱਖਣੀ ਚੌਕੜਾ ਲਾ ਕੇ ਬੈਠੇ ਆ। ਕਹਿੰਦੇ 33 ਕਰੋੜ ਦੇਵੀ ਦੇਵਤੇ ਨੇ ਉਸ ਮਾਂ ਨੂੰ ਵੀ ਨਮਸਕਾਰ ਕੀਤੀ ਜਿਨ੍ਹਾਂ ਨੂੰ ਸੁਭਾਗ ਮਿਲਿਆ ਗੁਰੂ ਨਾਨਕ ਦੇ ਇਸ ਸਰੀਰ ਦੀ ਪਤਨੀ ਹੋਣ ਦਾ। ਇਹ ਸਾਰਾ ਦ੍ਰਿਸ਼ ਬੀਬੀ ਸੁਲੱਖਣੀ ਨੇਤਰਾਂ ਨਾਲ ਵੇਖਦੇ ਹਨ। ਨਾਮ ਦੇਵ ਜੈ ਦੇਵ ਜਨ ਤੰਨਾ ਸੈਨ ਕਬੀਰ। ਦੇਵਤੇ ਨਮਸਕਾਰਾਂ ਕਰ ਗਏ, ਉਹ ਤੋਂ ਬਾਅਦ ਸਾਰੇ ਦੇਵਤੇ ਹੱਥ ਜੋੜ ਖੜੇ ਹੋ ਗਏ। ਕੌਣ ਆਇਆ ਸੀ? ਭਗਤ ਨਾਮਦੇਵ, ਭਗਤ ਧੰਨਾ ਜੀ, ਭਗਤ ਕਬੀਰ ਜੀ, ਭਗਤ ਸੈਣ ਜੀ ਤੇ ਭਗਤ ਰਵਿਦਾਸ। ਜਦੋਂ ਇਹ ਚੱਲ ਕੇ ਆਏ ਨਾ, ਇਹਨਾਂ ਨੂੰ ਵੇਖ ਸਵਰਗਾਂ ਦਾ ਰਾਜਾ ਇੰਦਰ ਵੀ ਹੱਥ ਜੋੜ ਖੜਾ ਹੋ ਗਿਆ। ਖੁਸਾ ਦਾ ਨਾਮ ਜਿਹਦੇ ਪ੍ਰਥਾਏ ਬਾਣੀ ਕਹਿੰਦੀ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮਾਰਾ। ਭਗਤ ਪ੍ਰਹਿਲਾਦ, ਭਗਤ ਧਰੂ, ਉਹ ਰੱਬ ਦੇ ਪਿਆਰੇ ਚੱਲ ਕੇ ਆ ਗਏ ਸੂਖਮ ਰੂਹਾਂ, ਜਿਹਨਾਂ ਨੂੰ ਵੇਖ ਸਾਰਿਆਂ ਉੱਠ ਕੇ ਸਤਿਕਾਰ ਕੀਤਾ। ਕਿੱਡੇ ਕਰੀਬੀ ਹੋਣਗੇ ਗੁਰੂ ਨਾਨਕ ਸਾਹਿਬ ਦੇ ਪਿਆਰੇ,
ਜਿਨ੍ਹਾਂ ਨੂੰ ਵੇਖ ਦੇਵਤੇ ਤੇ ਰਾਖਸ਼ ਵੀ ਸਜਦੇ ਕਰਦੇ ਹਨ। ਇਤ ਦਰਸ਼ਨ ਕੇ ਭਗਤ ਸਭ ਆਏ ਗੁਰ ਕੇ ਤੀਰ। ਇਹੀ ਭਗਤ ਸਨ, ਭਗਤ ਫਰੀਦ ਜੈਸੇ ਮਹਾਂਪੁਰਖ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਇਸ ਕੱਚੇ ਕੋਠੇ ਵਿੱਚ ਵੜ ਕੇ ਚਰਨੀ ਨਮਸਕਾਰ ਕਰਕੇ ਪ੍ਰਕਰਮਾ ਕੀਤੀਆਂ। ਜਿੱਥੇ ਦੇਵਤੇ ਨਹੀਂ ਪੁੱਜ ਸਕਦੇ ਉੱਥੇ ਭਗਤ ਪਹੁੰਚਦੇ ਨੇ ਆਪੋ ਸਤ ਨਾਮ। ਇਸ ਲਈ ਗੁਰੂ ਦੇ ਪਿਆਰੇ ਸਿੱਖ ਭਗਤ ਵੱਡੇ ਮੱਥਾ ਟੇਕ ਸਤਿਗੁਰਾਂ ਦੇ ਕੋਲ। ਸੂਖਮ ਰੂਹਾਂ ਸਨ, ਇਹ ਉਹੀ ਰੂਹਾਂ ਨੇ। ਜਦ ਭਾਈ ਗੁਰਦਾਸ ਨੇ ਧੁਰ ਕੀ ਬਾਣੀ ਨੂੰ ਸੰਕਲਨ ਕੀਤਾ ਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਅੰਮ੍ਰਿਤਸਰ ਦੀ ਪਾਤਰ ਤੇ ਮਹਾਂਪੁਰਖ ਕੋਲ ਬਹਿ ਕੇ ਬਾਣੀ ਲਿਖਾਉਂਦੇ ਸੀ, ਆਪ ਚੱਲ ਕੇ ਆਉਂਦੇ ਸੀ, ਅੱਜ ਵੀ ਸਾਕਸ਼ਾਤ ਨੇ ਹਾਜ਼ਰ ਨੇ। ਉਹ ਅੱਖ ਨਹੀਂ ਸਾਡੇ ਕੋਲ ਵੇਖਣ, ਅਸੀਂ ਤੇ ਭਗਤਾਂ ਦੇ ਨਾਂ ਤੇ ਜਾਤਾਂ ਚੱਕੀ ਫਿਰਦੇ ਹਾਂ, ਸਮਝੀ ਦੇਖ ਵੀ ਗੱਲ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਹਨਾਂ ਮਹਾਂਪੁਰਖਾਂ ਨੂੰ ਥਾਂ ਦਿੱਤਾ, ਥਾਂ ਇਸ ਕਰਕੇ ਦਿੱਤਾ ਉਹ ਗੁਰੂ ਨਾਨਕ ਦਾ ਰੂਪ ਹੋ ਗਏ, ਗੁਰੂ ਨਾਨਕ ਹੋ ਗਏ। ਇਸ ਕੱਚੇ ਕੋਠੇ ਵਿੱਚ ਆਏ, ਨਮਸਕਾਰ ਗੁਰੂ ਸਾਹਿਬ ਨੂੰ ਕੀਤੀ, ਪ੍ਰਕਰਮਾ ਕੀਤੀ ਹੈ, ਬੜੇ ਪ੍ਰਸੰਨ ਹਨ। ਸ਼ੇਸ਼ ਸੁਰੇਸ਼ ਜਲੇਸ਼ ਨਦੇਸ਼ ਸਾਰਿਆਂ ਨੂੰ ਵੇਖ ਰਹੇ। ਭਗਤ ਜਨ ਆਸੇ ਪਾਸੇ ਬਹਿ ਗਏ ਆ ਕੇ ਕਹਿੰਦੇ, ਫਿਰ ਸੂਰਜ ਚੰਦਰਮਾ ਜਿਹੜੇ ਅਧਿਆਕਸ਼ ਦੇਵਤਾ ਨੇ, ਜਿਹੜੇ ਇਹਨਾਂ ਦੇ ਮੁਖੀ ਨੇ, ਉਹ ਆਏ ਚੱਲ ਗਏ। ਉਹਨਾਂ ਵੀ ਦਹਲੀਜ਼ ਤੇ ਵੰਦਨਾ ਕੀਤੀ, ਸੰਗਤ ਵਿੱਚ ਬਹਿ ਗਏ। ਇਹ ਖੁਸ਼ ਨੇ ਸੰਗਤ ਆ ਗਏ, ਇੱਕ ਥਾਂ ਤੇ ਹੀ ਖੁਸ਼ੀ ਤੇ ਗਮੀ ਦਾ ਮਾਹੌਲ ਹੈ। ਕਿਨਰ ਗੰਧਰਵ ਪਾਵਕ ਪੌਣ ਆਨੰਦ ਭਰੇ ਔਰ ਮੰਗਲ ਗਾਵੇ। ਪਵਨ ਦੇਵਤੇ ਨੇ ਆਪਣੀ ਠੰਡਕ ਦਾ ਅਹਿਸਾਸ ਕਰਾਇਆ, ਗੰਧਰਵਾਂ ਨੇ ਆ ਕੇ ਗੀਤ ਗਾਉਣੇ ਸ਼ੁਰੂ ਕੀਤੇ ਗੁਰੂ ਨਾਨਕ ਦੀ ਮਹਿਮਾ, ਅਕਾਲ ਦੀ ਮਹਿਮਾ। ਤੇ ਫਿਰ ਜਿਹੜੀਆਂ ਪਰੀਆਂ ਸੀ ਉਹਨਾਂ ਨੇ ਨਾਚ ਸ਼ੁਰੂ ਕੀਤਾ, ਨ੍ਰਿਤ ਸ਼ੁਰੂ ਕੀਤਾ ਖੁਸ਼ੀ ਦਾ। ਆਜ ਤੁਮਾਰੇ ਗ੍ਰਹਿ ਮੰਡਲ ਜਾ ਰਹੇ, ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨਾਂ ਖੁਸ਼ੀਆਂ ਮਨਾਈਆਂ। ਉਹ ਆਪਣੇ ਹਿਸਾਬ ਨਾਲ ਹੈ, ਉਹਨਾਂ ਦਾ ਆਪਣਾ ਕਲਚਰ ਹੈ, ਉਹ ਖੁਸ਼ੀ ਕਰ ਰਹੇ ਆ ਵੀ ਸਤਿਗੁਰੂ ਜੀ ਸਾਡੇ ਸਵਰਗ ਦੇ ਕੋਲ ਹੋ ਕੇ ਜਾਣਗੇ। ਮਹਾਰਾਜ ਕਿਰਪਾ ਕਰਿਓ, ਸਾਡੀਆਂ ਪੁਰੀਆਂ ਦੇ ਰਾਹਾਂ ਨੂੰ ਭਾਗ ਲਾ ਦਿਓ, ਕਿਉਂਕਿ ਉਹ ਅਕਾਲ ਹੈ, ਸਾਰੇ ਉਹਦੇ 'ਤੇ ਮੰਗਦੇ ਆ। ਇਸੇ ਨੂੰ ਬਾਣੀ ਨੇ ਲਿਖਿਆ ਤਾਂ ਸਭ ਤੇ ਸਮਝ ਹੀ ਨਹੀਂ ਆਉਂਦੀ, ਇੱਕ ਦਾਤਾ ਸਭ ਜਗਤ ਭਿਖਾਰੀ ਆ, ਹਰ ਜਗ ਚਾਹਾਂ ਤੋਂ ਮੰਗਣਾ। ਕਹਿੰਦੇ ਦਾਤਾ ਤੇ ਇੱਕੋ ਹੀ ਹੈ, ਸਾਰਾ ਜਗ ਭਿਖਾਰੀ ਹੈ, ਚਾਹੇ ਉਹ ਦੇਵਤੇ ਹੋਣ, ਰਾਕਸ਼ ਹੋਣ, ਮਨੁੱਖ ਹੋਣ, ਦੈਂਤ ਹੋਣ, ਤੇ ਜਦੋਂ ਸਾਰਿਆਂ ਦਾ ਇੱਕੋ ਹੀ ਦਾਤਾ, ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਜਦੋਂ ਸਾਰਿਆਂ ਦਾ ਦਾਤਾ ਇੱਕ ਹੈ ਫਿਰ ਈਰਖਾ ਕਰਨੀ ਹੈ, ਰੌਲਾ ਕਾਹਦਾ, ਉਹ ਸਭ ਦਾ ਸੰਤ ਹੈ। ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਉਹਨਾਂ ਨੇ ਨ੍ਰਿਤ ਕੀਤਾ, ਵਾਰ ਵਾਰ ਉਹ ਸੀਸ ਨਵਾਉਂਦੇ ਨੇ। ਦੇਵਤ ਰੋਵਰ ਕੀ ਪੁੱਛ ਪਾਂਜਲ, ਜੈ ਮੁਖ ਤੇ ਕਹਿ ਕੇ ਬਰਖਾਵੇ। ਆਪਣੀ ਬੋਲੀ ਜੈ ਜੈ ਆਖ ਰਾਜੇ ਇੰਦਰ ਦੀ ਪਤੀ ਸਚੀ, ਉਹ ਵੀ ਕੁੰਜਲਾਂ ਭਰ ਭਰ ਫੁੱਲਾਂ ਦੀ ਸੁਣਦੀ। ਰਾਜਾ ਇੰਦਰ ਵੀ ਉਸ ਦਹਿਲੀਜ਼ ਤੇ, ਦੇਖੋ ਦੇਵਤਿਆਂ ਦਾ ਮਾਲਕ
ਪਾਣੀ ਭਰਦਾ ਕਰਦਾ ਕੀ ਕਥਾ ਕਰੀ ਗੁਰੂ ਨਾਨਕ ਸਾਹਿਬ। ਜਦੋਂ ਇਤਿਹਾਸ ਪੜ੍ਹਦੇ ਹਾਂ ਨਾ, ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਤੇ ਕਈ ਵਾਰ ਖੁਸ਼ੀ ਵੀ ਇੰਨੀ ਹੁੰਦੀ ਹੈ, ਇੰਨਾ ਚਾਅ ਚੜ੍ਹਦਾ ਪਾਤਸ਼ਾਹ ਤੇਰੇ ਦਰ ਦੇ ਉੱਤੇ ਖੜੇ ਦੇਵੀ ਦੇਵਤੇ। ਪੜ੍ਹ ਲਓ ਸੋਦਰ ਦੀ ਬਾਣੀ ਰੋਜ਼ ਪੜ੍ਹਦੇ ਹੋ, ਜਪਜੀ ਸਾਹਿਬ ਵਿੱਚ ਵੀ ਸੋਦਰ ਪੜ੍ਹਦੇ ਹੋ, ਅੱਜ ਵੀ ਪੜ੍ਹੇ ਹੋਏ ਸਾਰਾ ਕੁਝ ਸੁਣ ਕੇ ਆਨੰਦ ਦੇ ਨਾਲ ਰੁਕਣਾ। ਜਿਸ ਦੇ ਦਰ ਤੇ ਬਾਜੇ ਵੱਜ ਰਹੇ ਰਾਗ ਗਾਏ ਜਾਂਦੇ ਆ, ਪਰੀਆਂ ਨਿਰਤ ਕਰ ਰਹੀਆਂ ਨੇ, ਪਰ ਉਜਦਾਰ ਨਹੀਂ ਪੁੱਛ ਉਹ ਘਰ ਕਿਹੜਾ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਵਿਤ ਵਹਿ ਸਰਬ ਸਮਾਨ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੇ, ਕੀਤੇ ਤੇਰੇ ਰਾਗ ਪ੍ਰੀਤ ਸਿਉ ਕਹੇ। ਕਿੰਨਾ ਕੁਝ ਮਰਦ ਨੇ ਜ਼ਿਕਰ ਕੀਤਾ, ਅੱਗੇ ਅੱਗੇ ਜਾਈ ਚਲੋ ਸਾਰਾ ਵਿਸਥਾਰ ਆਈ ਜਾਣਾ ਅੱਗ ਬੜ ਕੇ ਵੇਖੀ। ਜੁਗ ਜੁਗ ਵੇਦਾਂ ਦਾ ਜੁਗਾਂ ਜੁਗਾਂ ਤੋਂ ਵੇਦ ਧਰਮ ਗ੍ਰੰਥ ਤੇਰੇ ਦਰ ਤੇ ਤੈਨੂੰ ਨਮਸਕਾਰ ਕਰਦੇ ਆ। ਕਹਿੰਦੇ ਜਦੋਂ ਅੱਜ ਇਹ ਦੇਵਤਿਆਂ ਨੇ ਨਮਸਕਾਰ ਕੀਤੀ, ਜਦੋਂ ਇਹ ਪੜ੍ਹਦੇ ਹਾਂ ਬਾਣੀ ਤੇ ਫਿਰ ਮਾਣ ਹੁੰਦਾ, ਪਾਤਸ਼ਾਹ ਜਿਹੜੇ ਦੇਵਤੇ ਤੇਰੇ ਦਰ ਤੇ ਨਹੀਂ ਪਹੁੰਚ ਸਕੇ, ਸਾਡਾ ਵੀ ਜੀਵਨ ਧਾਨਾ ਸੀ ਤੇਰੇ ਦਰ ਦੇ ਸਿਰ ਹੋ ਗਏ ਆਖੋ ਸਤਨਾਮ ਤੁਸੀਂ ਆਪਣਾ ਬਣਾ ਲਿਆ ਸੀ, ਇਸ ਲਾਇਕ ਨਹੀਂ ਸੀ ਅਸੀਂ। ਮਨੁੱਖਾਂ ਦਾ ਤੂੰ ਸਾਨੂੰ ਜ਼ਰੂਰ ਮਿਲਿਆ ਪਰ ਹਾਲਤ ਸਾਡੀ ਪਸ਼ੂਆਂ ਵਾਲੀ ਹੈ। ਹੇ ਦੀਨ ਦਿਆਲ ਪਾਤਸ਼ਾਹ ਇੰਨੇ ਜੋਗੇ ਨਹੀਂ ਸੀ, ਇੰਨੇ ਜਹੇ ਨਹੀਂ ਸੀ, ਤੂੰ ਆਪਣੇ ਚਰਨਾਂ 'ਚ ਥਾਂ ਬਿਠਾ ਲਿਆ ਸਾਨੂੰ ਸਿੱਖ ਬਣਾ ਲਿਆ। ਇੱਕ ਸਿੱਖ ਦੇ ਕੱਡੇ ਵੱਡੇ ਭਾਗ ਆ ਜੀ, ਜਿਸ ਗੁਰੂ ਨਾਨਕ ਦੇ ਦਰ ਦੀ ਧੂੜੀ ਨੂੰ ਦੇਵੀ ਦੇਵਤੇ ਲੋਚਦੇ ਆ, ਇੱਕ ਗੁਰਸਿੱਖ ਹੈ ਉਸ ਗੁਰੂ ਨਾਨਕ ਨੂੰ ਆਪਣਾ ਪਿਤਾ ਦੇ ਕੇ ਮੱਥਾ ਟੇਕਦਾ ਮੰਨਦਾ। ਇਹਨੇ ਸਾਰਿਆਂ ਦੇ ਰਾਗ ਲਾਏ, ਇਹਨਾਂ ਰਾਗਾਂ ਦਾ ਆਨੰਦ ਗੁਰੂ ਪਾਤਸ਼ਾਹ ਚੌਂਕੜਾ ਲਾ ਕੇ ਮਾਣਿਆ ਏ। ਸ੍ਰੀ ਸੁਖ ਕੰਦ ਗੋਬਿੰਦ ਮੁਕੰਦ ਪਦੰਗੀ ਅਰਬਿੰਦ ਪੂਜੈ ਮਨ ਭਾਵੇਂ। ਬੜੀ ਦੇਰ ਤੱਕ ਇਹ ਖੇਡ ਵਰਤਦੀ ਰਹੀ, ਆਖਿਰਕਾਰ ਵਿਸ਼ਨੂੰ ਨੇ ਦੂਰੋਂ ਹੱਥ ਜੋੜ ਕੇ ਅਰਦਾਸ ਕੀਤੀ, ਪਾਤਸ਼ਾਹ ਜੇ ਆਗਿਆ ਹੋਵੇ ਚਲੀਏ। ਹੁਕਮ ਵੀ ਉਸੇ ਦਾ ਹੀ ਹੈ, ਹੁਕਮ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ, ਉਹ ਤੇ ਚੌਕੀਦਾਰ ਨੇ ਇਸ ਘਰ ਦੇ। ਆਉਣ ਵਾਲੀ ਕਥਾ 'ਚ ਸਾਰਾ ਜ਼ਿਕਰ ਆਉਣਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵੇਖਿਆ ਜਿਸ ਜਵਾਲਾ ਜੀ ਦੇ ਚਰਨਾਂ 'ਤੇ ਮੈਂ ਮੱਥਾ ਟੇਕਣ ਜਾਂਦਾ ਸੀ ਭਾਈ ਲਹਿਣਾ ਹੋ ਕੇ, ਉਹ ਗੁਰੂ ਨਾਨਕ ਦੇ ਘਰ ਝਾੜੂ ਲਾਉਣ ਲੱਗੀ ਹੋਈ ਹੈ। ਪੁੱਛਿਆ ਮਾਂ ਤੂੰ ਇੱਥੇ ਕਿੱਥੇ, ਕਹਿੰਦੀ ਬਸ ਇੱਥੇ ਝਾੜੂ ਲਾ ਕੇ ਨਿਆਮਤਾਂ ਲੈ ਜਾਂਦੀ ਹਾਂ, ਤੇਰੇ ਜਿਹੇ ਭਗਤ ਆਉਂਦੀ ਉਹਨਾਂ ਨੂੰ ਵੰਡ ਦੇਣੀ। ਅਤੇ ਭਾਈ ਲਹਿਣੇ ਨੇ ਕੀ ਸੋਚਿਆ, ਕਹਿੰਦਾ ਹੇ ਬੀਬੀ ਜੇ ਤੂੰ ਗੁਰੂ ਨਾਨਕ ਦੇ ਦਰ ਤੋਂ ਲੈ ਕੇ ਵੰਡਣਾ ਏ ਤੇ ਮੈਂ ਤੈਨੂੰ ਵਿੱਚ ਵਿਚੋਲਾ ਕਿਉਂ ਰੱਖਾਂ, ਮੈਂ ਕਿਉਂ ਨਾ ਉਸ ਦਰ ਤੇ ਜਾਵਾਂ, ਸਤਨਾਮ ਪਰਿਤਿਆਗ ਕਰ ਗਏ। ਪੁੱਤਰ ਸੰਗਤ ਵਿੱਚ ਖੜੇ ਆ, ਅੰਦਰ ਆਉਣਾ ਚਾਹੁੰਦੇ ਆ, ਪਰ ਹੁਕਮ ਹੋਇਆ ਵੀ ਕੋਈ ਨੇੜੇ ਨਾ ਆ, ਕੋਈ ਨਹੀਂ ਹੋ, ਕਿਉਂਕਿ ਇਹ ਜਿਹੜੀ ਪ੍ਰਕਿਰਿਆ ਸੰਗਤਾਂ ਨੂੰ ਨਜ਼ਰ ਨਹੀਂ ਆ ਰਹੀ, ਕੁਛ ਗੁਰਸਿੱਖਾਂ ਨੂੰ ਦਿਸ ਰਹੀ, ਕੁਝ ਗੁਰਸਿੱਖਾਂ। ਹੁਣ ਜੇ ਕੋਈ ਆ ਕੇ ਸਵਰਗ ਨਹੀਂ ਹੁੰਦਾ, ਫਲਾਣਾ ਨਹੀਂ ਹੁੰਦਾ, ਤੇ ਫਿਰ ਭਾਈ ਮਰਦਾ ਵੀ ਕੋਈ ਨਹੀਂ ਹੁੰਦਾ, ਕਿਉਂ ਕੂਕਣ ਜਾਂਦੇ? ਜਿਹੜਾ ਕੱਲ ਤੱਕ ਹੱਸਦਾ ਨੱਚਦਾ ਕੁੱਦਦਾ ਸੀ, ਹੁਣ ਉਹ ਆਕੜਿਆ ਕਿਉਂ ਪਿਆ ਲੱਕੜ ਵਾਂਗੂ? ਫਿਰ ਮੰਨਦੇ ਉਹਨਾਂ ਦੇ ਪੁੱਛਦੇ ਹੈ, ਕੋਈ ਤੇ ਹੈ ਜਿਹੜੀ ਦਿਸਦੀ ਨਹੀਂ ਪਰ ਵਰਤ ਰਹੀ ਆਤਮਾ, ਸਭ ਕੁਝ ਜਗ ਤੇ ਆ ਪਰ ਸਾਨੂੰ ਸਮਝ ਪਤਾ ਨਹੀਂ ਕਦੋਂ ਆਉਂਦੀ।
ਪਤਾ ਨਹੀਂ ਕਦ ਆਉਣਗੇ। ਉਮਰਾਂ ਲੰਘ ਗਈਆਂ, ਮਤ ਨਹੀਂ ਆਈ, ਸਮਝ ਨਹੀਂ ਆਈ, ਗੁਰੂ ਪ੍ਰਤੀ ਪ੍ਰੇਮ ਨਹੀਂ ਜਾ ਗਿਆ, ਸਤਿਗੁਰਾਂ ਕੋਲ ਆਪਾਂ ਤੇ ਕੀ ਵਾਰਨਾ, ਕਿਤੇ ਗੁਰੂ ਦੀ ਬਾਣੀ ਨੂੰ ਵੀ ਨਹੀਂ ਕਰਿਆ। ਜੋਤੀ ਜੋਤ ਸਤਿਗੁਰੂ ਸੰਭਾਲ ਰਹੇ। ਬਸ ਇੱਕੋ ਹੀ ਪ੍ਰਸੰਗ ਹੈ ਬਹੁਤ ਵੱਡਾ, ਇਸ ਪ੍ਰਸੰਗ ਵਿੱਚ ਜੋ ਜੋ ਵਰਤਾਰੇ ਵਰਤਣਗੇ ਕੱਲ੍ਹ ਦੇ ਦੀਵਾਨਾਂ ਵਿੱਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।